ਫਿਰ ਤੋਂ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਜਿਹੜੀ ਵਿਸ਼ੇ ਵਜੋਂ ਗੱਲਬਾਤ ਕਰਨੀ ਹੈ ਉਹ ਮੇਰੇ ਹਿਸਾਬ ਨਾਲ ਸਭ ਤੋਂ ਔਖੀ ਹੈ ਕਿਉਂਕਿ ਜਿਹੜੀ ਪਹਿਲਾਂ ਗੱਲ ਕੀਤੀ ਆਪਾਂ ਉਹਦਾ ਬਹੁਤਾ ਹਿੱਸਾ ਦਿਸਦੇ ਹੋਏ ਪ੍ਰਸੰਗ ਦੇ ਵਿੱਚ ਸੀ ਜਦੋਂ ਮਨ ਬਾਰੇ ਗੱਲ ਕਰਨੀ ਹੈ ਤਾਂ ਇਹਦਾ ਮੂਲ ਰੂਪ ਅਮੂਰਤ ਮੰਨਿਆ ਜਾਂਦਾ ਹੈ ਤੇ ਅਮੂਰਤ ਬਾਰੇ ਜੇ ਬੰਦੇ ਨੂੰ ਤਜਰਬਾ ਹੋ ਵੀ ਜਾਵੇ ਤਦ ਵੀ ਉਹਨੂੰ ਸਮੂਰਤ ਕਹਿਣਾ ਔਖਾ ਹੁੰਦਾ ਜੇ ਕਿਸੇ ਹੋਰ ਦਾ ਤਜਰਬਾ ਸਾਂਝਾ ਕਰਨਾ ਹੋਵੇ ਤਾਂ ਉਹਦੇ ਸਦਾ ਡਰ ਬਣਿਆ ਰਹਿੰਦਾ ਹੈ ਕਿ ਉਹ ਸਹੀ ਕਿਹਾ ਵੀ ਜਾਵੇਗਾ ਕਿ ਨਹੀਂ ਫਿਰ ਵੀ ਮੈਂ ਆਪਣੀ ਸਮਰੱਥਾ ਮੁਤਾਬਕ ਇਸ ਗੱਲ ਤੇ ਉੱਤੇ ਤੁਹਾਡੇ ਨਾਲ ਗੱਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਚਲੋ ਇਹ ਸਵਾਬ ਬਣ ਗਿਆ ਕਿ ਜੋ ਸੇਵਾ ਦੇ ਕਾਰਜ ਦੀ ਇੱਥੇ ਚਰਚਾ ਹੋਈ ਇਹਨੇ ਮੈਨੂੰ ਆਪਣੀ ਗੱਲ ਕਰਨ ਲਈ ਥੋੜੀ ਜੀ ਸੌਖਮ ਕਰ ਦਿੱਤੀ ਆ ਉਹ ਇਹ ਕਿ ਦੁਨੀਆਂ ਦੇ ਵਿੱਚ ਧਰਮ ਵਜੋਂ ਰਾਜਨੀਤੀ ਵਜੋਂ ਵਪਾਰ ਵਜੋਂ ਮਨੋਰੰਜਨ ਵਜੋਂ ਕਲਾ ਵਜੋਂ ਅਖੀਰ ਨੂੰ ਗੱਲ ਮਨ ਤੇ ਜਾ ਕੇ ਜੁੜਦੀ ਹੈ। ਅਜੋਕੀ ਦੁਨੀਆਂ ਦੇ ਜਿਹੜੇ ਵਪਾਰ ਦਾ ਖਿਆਲ ਜਿੰਨਾ ਦਾ ਚੱਲ ਰਿਹਾ ਹੈ ਉਹ ਮੂਲ ਇਹ ਹੀ ਕਹਿੰਦੇ ਐ ਕਿ ਬੰਦੇ ਦਾ ਲਾਲਚ ਵਧਾਓ ਵਪਾਰ ਵਧੇਗਾ। ਬੰਦੇ ਦਾ ਲਾਲਚ ਵਧਾਓ ਬੰਦੇ ਦੀਆਂ ਲੋੜਾਂ ਦੀ ਥਾਂ ਤੇ ਬੰਦੇ ਦੀਆਂ ਇਸ਼ਾਵਾਂ ਨੂੰ ਲੋੜਾਂ ਵਾਲੀ ਥਾਂ ਤੇ ਲੈ ਆਓ ਵਪਾਰ ਵਧੇਗਾ ਤਾਂ ਆਪਣੀ ਗੱਲ ਮੈਂ ਇੱਥੋਂ ਸ਼ੁਰੂ ਕਰਦਾ ਮੇਰਾ ਇੱਕ ਸਮੇਂ ਕਾਰਸੇ ਵਾਲੇ ਬਾਬਿਆਂ ਨਾਲ ਬਾਹ ਪਿਆ ਤੇ ਮੈਂ ਇੱਕੋ ਛੋਟੀ ਜਿਹੀ ਗੱਲ ਸਾਂਝੀ ਕਰਦਾ ਕਿ ਜਦੋਂ ਪਹਿਲੀ ਵਾਰੀ ਬਾਸ ਸੀ ਉਦੋਂ ਅਸੀਂ ਸੇਵਾ ਕਰਨ ਗਏ ਤਾਂ ਇੰਨੇ ਬੰਦੇ ਸੇਵਾਦਾਰ ਹੁੰਦੇ ਸੀ ਕਿ ਉਹਨਾਂ ਕੰਮ ਨਹੀਂ ਸੀ ਹੁੰਦਾ ਇਹ 1990 ਦੇ ਨੇੜੇ ਦੀ ਗੱਲ ਹੈ ਹੁਣ ਜਦੋਂ ਮੈਂ ਦੁਬਾਰੇ ਮੇਰਾ ਬਾਪ ਪਿਆ ਤਾਂ ਹੁਣ ਮੈਂ ਦੇਖਦਾ ਵੀ ਸਾਰੇ ਬਾਬਿਆਂ ਦੇ ਨਾਲ ਮੇਰੀ ਗੱਲ ਸਾਂਝੀ ਜੋ ਤਾਂ ਨਹੀਂ ਕਹਿੰਦਾ ਕਈਆਂ ਨਾਲ ਹੋਈ ਉਹ ਬੁਨਿਆਦੀ ਨੁਕਤਾ ਇਹ ਨਹੀਂ ਸੀ ਉਹ ਕਹਿੰਦੇ ਭਾਈ ਮਾਇਆ ਦੇਣ ਦਾ ਹਜੇ ਕੋਈ ਆ ਜਾਂਦਾ ਹੈ ਹੱਥੀਂ ਸੇਵਾ ਵਾਲੇ ਹੁਣ ਨਹੀਂ ਆਉਂਦੇ ਇਹ ਗੱਲ ਮਨ ਦੇ ਨਾਲ ਸੰਬੰਧਿਤ ਹੈ ਸੇਵਾ ਕਰਨੀ ਤਿੰਨ ਤਰ੍ਹਾਂ ਨਾਲ ਤਨ ਮਨ ਧਨ ਕਰਕੇ ਸਭ ਤੋਂ ਛੋਟੀ ਸੇਵਾ ਹੈ ਧਨ ਦੀ ਸਭ ਤੋਂ ਛੋਟੀ ਹੈ ਉਧਾਰੀ ਮੰਗੀ ਜਾ ਸਕਦੀ ਹੈ ਖੋਹੀ ਜਾ ਸਕਦੀ ਹੈ ਡਿੱਗੀ ਥਿਆ ਸਕਦੀ ਹੈ ਮਾਇਆ ਜਿਹੜੀ ਹੈ ਮਨ ਹੈ ਪਟਕੇ ਜੁੜ ਸਕਦਾ ਜਿਹੜੀ ਦੇਹੀ ਹੈ ਜਿਹੜਾ ਸਮਾਂ ਇਹਦੇ ਬੀਤ ਰਿਹਾ ਹੈ ਇਹ ਸਭ ਤੋਂ ਕੀਮਤੀ ਹੈ ਇੱਕ ਗਰੀਬ ਤੋਂ ਗਰੀਬ ਮੰਗਤਾ ਵੀ ਤਖੜੇ ਤਖੜੇ ਪ੍ਰਧਾਨ ਮੰਤਰੀ ਜਿੰਨੇ ਸਮਾਂ ਰੱਖਦਾ ਜ਼ਿੰਦਗੀ ਦਾ ਐਨ ਬਰਾਬਰ ਤਾਂ ਸਭ ਤੋਂ ਮੁੱਢਲੀ ਸੇਵਾ ਦੇਹੀ ਸਮੇਤ ਹੈ ਮਨ ਦਾ ਜਿਹੜਾ ਵਿਗਾੜ ਹੈ ਉਹਦੇ ਬਾਰੇ ਗੁਰੂ ਸਾਹਿਬ ਨੇ ਜੋ ਬਿਲਕੁਲ ਪਹਿਲਾ ਉਪਦੇਸ਼ ਅਸੀਂ ਕਹਿੰਦੇ ਹਾਂ ਗੁਰਨਾਨਕ ਪਾਛੰਦਤਾ ਜਿਹੜਾ ਤਿੰਨ ਸੂਤਰਾਵਾਂ ਵਾਲਾ ਵਿਕਿਰਤ ਕਰੋ ਨਾਮ ਜਪੋ ਹਾਂ ਪਹਿਲਾ ਕੀ ਆ ਇਹਦੇ ਚ ਹਾਂਜੀ ਜੇ ਇੱਥੇ ਕੋਈ ਸਜਣ ਬੈਠੇ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਪਹਿਲਾਂ ਅੰਮ੍ਰਿਤ ਵੀ ਇਦਾਂ ਨਹੀਂ ਚੁਕਾਇਆ ਜਾਂਦਾ ਸੀ ਵੀ ਸੰਗਤ ਇਕੱਠੀ ਹੋਈ ਤੇ ਤੁਹਾਡਾ ਮਨ ਬਣ ਗਿਆ ਸ਼ਕਲੋ ਅਮਰਤ ਜੀ ਪਹਿਲਾਂ ਬੰਦੇ ਦੀ ਪਕਿਆਈ ਕਰਾਈ ਜਾਂਦੀ ਸੀ ਖਾਸ ਕਰਕੇ ਉਹ ਤੋਂ ਸੇਵਾ ਕਰਾਈ ਜਾਂਦੀ ਸੀ ਜੋੜਿਆਂ ਦੀ ਭਾਂਡਿਆਂ ਦੀ ਫਿਰ ਉਹ ਤੋਂ ਬਾਅਦ ਉਹਦੀ ਰਹਿਤ ਮਰਜ਼ਾ ਦੀ ਪਕਿਆਈ ਕਰਾਈ ਜਾਂਦੀ ਸੀ ਇਸ ਤੋਂ ਵੀ ਗਾਂ ਕੋਈ ਉਹਦੀ ਗਵਾਹੀ ਦਿੰਦਾ ਘਟੋ ਘਟ ਦੋ ਜਾਣੇ ਜੇ ਸੰਪਰਦਾਨ ਇਹਨੂੰ ਅਮਰਤ ਛਕਾਉਣਾ ਹੁੰਦਾ ਸੀ ਉਨ੍ਹਾਂ ਦਾ ਉਸ ਇਲਾਕੇ ਦਾ ਕੋਈ ਜ਼ਿੰਮੇਵਾਰ ਬੰਦਾ ਇੱਕ ਕੋਈ ਪਹਿਲਾਂ ਪਰਣਾਇਆ ਹੋਇਆ ਦੋ ਬੰਦੇ ਗਵਾਹੀ ਦਿੰਦੇ ਤਾਂ ਬੰਦੇ ਨੂੰ ਅਮਰਿਤ ਚਕਾਇਆ ਜਾਂਦਾ ਸੀ ਅੱਜ ਤੁਹਾਡਾ ਭਾਵਨਾ ਕਰਕੇ ਮਨ ਬਣ ਗਿਆ ਭਾਵਨਾ ਦਾ ਕੀ ਹੈ ਜੀ ਕੱਚੇ ਪਲਦ ਖਿੰਡ ਜਾਏਗੀ ਤਾਂ ਦੁਨੀਆ ਦਾ ਰਾਜਨੀਤਿਕ ਪ੍ਰਬੰਧ ਦੁਨੀਆ ਦਾ ਵਪਾਰਕ ਪ੍ਰਬੰਧ ਦੁਨੀਆ ਦਾ ਮਨੋਰੰਜਨ ਪ੍ਰਬੰਧ ਬੰਦੇ ਦੀ ਭਾਵਨਾ ਨੂੰ ਫੜ ਰਿਹਾ ਮਨ ਸਾਧਾ ਜਿਹੜਾ ਸਾਧਣਾ ਮੰਨੂ ਪਹਿਲਾਂ ਇਹ ਵੇਖਣਾ ਹੈ ਕਿ ਮਨ ਦੇ ਅਸਾਧ ਹੋਣ ਦਾ ਮਨ ਦੇ ਅਮੋੜ ਹੋਣ ਦਾ ਦੁਨੀਆਂ 'ਚ ਕਿਹੜਾ-ਕਿਹੜਾ ਵਰਤਾਰਾ ਜਾ ਰਹੀ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਹਾਜ਼ਰ ਨੇ ਜਿੰਨੀ ਸਹੂਲਤ ਹੈ ਇਹ ਮਨ ਦੇ ਅਸਾਧ ਹੋਣ ਵਾਸਤੇ ਹੀ ਹੈ ਇਹ ਮਨ ਦੇ ਸਾਧੇ ਜਾਣ ਦੀ ਮਦਦ ਨਹੀਂ ਕਰਦੀ ਹੈ ਇੱਥੇ ਆਪ ਅੱਖੇ ਚੱਲਦੇ ਨੇ ਠੰਡਾ ਹੋਇਆ ਬੈ ਕਮਰਾ ਠੀਕ ਹੋਰ ਸੁੱਖ ਹੋਰ ਸੁੱਖ ਰਹਿਰਾਸ ਦਾ ਰੋਜ ਪੜਦੇ ਪਰੰਪਰਾ ਵਾਲੇ ਬੰਦੇ ਜਿਹੜੇ ਕਿੱਥੋਂ ਸ਼ੁਰੂ ਹੁੰਦੀ ਆ ਸੁਖ ਰੋਗ ਰੋਗ ਪਿਆ ਮਹਾਤਮਾ ਬਹੁਤ ਧਰਤੀ ਤੇ ਆਏ ਉਹਨਾਂ ਨੇ ਆਪਣਾ ਗਿਆਨ ਦਿੱਤਾ ਬੋਧੀਆਂ ਨੇ ਵੱਡੀਆਂ ਯੂਨੀਵਰਸਟੀਆਂ ਖੜੀਆਂ ਕੀਤੀਆਂ ਹਜ਼ਾਰਾਂ ਗ੍ਰੰਥ ਲਿਖੇ ਉਹਦਾ ਸੂਤਰ ਇਹ ਸੀ ਕਿ ਸੰਸਾਰ ਦੁੱਖਾਂ ਦਾ ਕਰ ਹੈ ਦੁੱਖਾਂ ਦਾ ਕਾਰਨ ਤ੍ਰਿਸ਼ਨਾ ਹੈ ਗੁਰੂ ਪਾਤਸ਼ਾਹ ਆਏ ਉਹਨਾਂ ਇੱਕ ਪੰਕਤੀ ਕਹੀ ਦੁੱਖ دارو ਸੁਖ ਜੀਵਨ ਬਾਰੇ ਸਮਝਦਾ ਪਾਸਾ ਪਲਟਿਆ ਸਾਡੀ ਜਿੰਨੀ ਅਰਦਾਸ ਹੈ ਉਹਦੇ ਜਿੰਨਾ ਇਤਿਹਾਸ ਹੈ ਉਹ ਕਿਹੜਿਆਂ ਦਾ ਜਿਨ੍ਹਾਂ ਨੇ ਬੰਦ-ਬੰਦ ਕਟਾਏ ਹਾਂ ਇਹ ਇਤਿਹਾਸ ਅਰਦਾਸ ਤਾਂ ਹੈ ਕਿ ਸਾਡੇ ਮਨ ਨੂੰ ਰੋਜ਼ ਰੋਜ਼ ਪਤਾ ਲੱਗੇ ਕਿ ਦੁੱਖ ਦਾ ਰੂਹ ਜਿਹੜਾ ਬਿੰਦ ਬਿੰਦ ਚੁੱਕ ਚੁੱਕ ਹੋਇਆ ਉਹ ਇਸੇ ਪ੍ਰਸੰਗ ਚ ਹੈ ਕਿਹੜਾ ਜਿਹੜੇ ਸ਼ਲੋਕ ਨੇ ਆ ਕੇ ਆਪਣੇ ਮੂਸਨ ਸੰਮਲ ਆਲੀ ਜਿਹੜੀ ਪਰੰਪਰਾ ਕਾਥੀ ਪੜ ਕਥਾ ਪੜਦੇ ਹੁੰਦੇ ਚ ਮੂਸਾਨਾ ਮਰਮ ਮੈਨੂੰ ਪੰਗ ਦੀ ਭੁੱਲ ਗਈ ਆ ਉਹ ਇਹ ਹੀ ਆ ਕਿ ਜਿਹੜਾ ਉਹਦਾ ਰੱਬ ਦਾ ਭੇਦ ਹੈ ਉਹ ਇੰਨਾ ਪਿਆਰਾ ਹੈ ਉਹਦੇ ਲਈ ਆਪਣੇ ਆਪ ਨੂੰ ਟੋਟੇ ਕਰਾਇਆ ਜਾ ਸਕਦਾ ਮੈਂ ਜਦੋਂ ਵੀ ਸ਼ਹਿਰਾਂ ਦੇ ਗੁਰੂ ਘਰਾਂ 'ਚ ਜਾਂਦਾ ਕਿਸੇ ਵੇਲੇ ਵੀ ਜਾਵਾਂ ਇੱਕ ਚੀਜ਼ ਵੇਖਣ ਨੂੰ ਬਹੁਤ ਆਮ ਮਿਲਦੀ ਆ ਕਿਸੇ ਇਕੱਲੇ ਬੰਦੇ ਦੀ ਕਿਸੇ ਪਰਿਵਾਰ ਦੀ ਅਰਦਾਸ ਹੋ ਰਹੀ ਹੁੰਦੀ ਆ ਉੱਥੇ ਬਹੁਤੀ ਅਰਦਾਸ ਦੁਨੀਆ ਦੇ ਸੁੱਖ ਮੰਗਣ ਦੀ ਹੈ ਹਾਲਾਂਕਿ ਜਿਹੜੇ ਬੰਦੇ ਬਾਣੀ ਪੜ੍ਹਦੇ ਨੇ ਉਹ ਜਾਣਦੇ ਨੇ ਕਿ ਬਿਨਾ ਉਹਦੇ ਨਾਮ ਤੋਂ ਕੁਝ ਹੋਰ ਜਿਹੜਾ ਮੰਗਣਾ ਹੈ ਉਹ ਦੁੱਖ ਹੈ ਠੀਕ ਹੈ ਨਾ ਹਾਂ ਤਾਂ ਮਨ ਦੇ ਮਸਲੇ 'ਚ ਧਰਮ ਦੇ ਪੱਖ ਤੋਂ ਵੀ ਦੁਨੀਆ ਦੇ ਪੱਖ ਤੋਂ ਵੀ ਤਿੰਨੇ ਚਾਰੀ ਗੱਲਾਂ ਦੇਖਣ ਵਾਲੀਆਂ ਨੇ ਕਿ ਅੱਜ ਕੱਲ ਸਾਡੇ ਕੋਲ ਜੇ ਘਰਾਂ 'ਚ ਕਿੰਨੇ ਕੱਪੜੇ ਨੇ ਉਹਨੇ ਨੇ ਜਿੰਨਿਆਂ ਦੀ ਲੋੜ ਹੈ ਨਹੀਂ ਜਿੰਨਿਆਂ ਦੀ ਇੱਛਾ ਜਾਂ ਜਿੰਨਿਆਂ ਦੀ ਸਮਰੱਥਾ ਹੈ ਕਈ ਬੰਦਿਆਂ ਦੀ ਤਾਂ ਮੈਂ ਜਾਣਦਾ ਜਿਨ੍ਹਾਂ ਦੇ ਪਏ ਖਰਾਬ ਹੋ ਜਾਂਦੇ ਆ ਕਿ ਇਹਦਾ ਤਾਂ ਹੁਣ ਹੁਣ ਰਿਵਾਜ ਨਹੀਂ ਰਿਹਾ ਠੀਕ ਐਸ ਹਾਲ ਦੇ ਵਿੱਚ ਬਾਣੀ ਪੜ ਕੇ ਮੰਡ ਕੌਣਾ ਕਾਹ ਨੂੰ ਪਖੰਡ ਕਰਦਿਆਂ ਜੀ ਆਪਾਂ ਮਰਜ਼ਾ ਜਿਹੜੀ ਉਹਦੇ ਬਾਰੇ ਜਿਹੜੀ ਅਸੀਂ ਪੜ੍ਹਦੇ ਆ ਰਹਿਤ ਨਾਮਿਆਂ ਚੋਂ ਕਿ ਰਹਿਤ ਪਿਆਰੀ ਮੁੱਝ ਕੋ ਉਹ ਇੰਨੀ ਅਹਿਮ ਕਿਉਂ ਆ ਜੀ ਕਿਉਂਕਿ ਮਨ ਦੇ ਟਿਕਾ ਲਈ ਕੁਝ ਕਰਮਕਾਂਡ ਵੀ ਚਾਹੀਦਾ ਜਿਹੜਾ ਅੱਜ ਕੱਲ ਉਹ ਤੁਸੀਂ ਪੜ੍ਹਦੇ ਹੋਵੋਗੇ ਨਾ ਹੁਣ ਜਦੋਂ ਕੋਈ ਬਾਹਰਲਾ ਬੰਦਾ ਕਿਤਾਬ ਲਿਖਦਾ ਫਿਰ ਤਾਂ ਵੱਡੀ ਲੱਗਦੀ ਆ ਨਾ ਕਿ ਪਾਵਰ ਆਫ ਹੈਬਿਟਸ ਠੀਕ ਆਦਤਾਂ ਦੀ ਤਾਕਤ ਬਾਦੜੀਆਂ ਸਜਾਦੜੀਆਂ ਨਿਮਣ ਸਰਾਂ ਦੇ ਨਾਲ ਬਾਰਿਸ਼ ਆਦਤਾਂ ਨਾ ਜਾਂਦੀਆਂ ਭਾਵੇਂ ਕੱਟੀਏ ਹਾਂ ਤਾਂ ਆਦਤ ਨੂੰ ਸੁਧਾਰਨਾ ਮਰਜਾਦਾ ਦਾ ਹਿੱਸਾ ਹੈ ਇਹ ਗੱਲ ਸਮਝਣ ਵਾਲੀ ਹੈ ਕਿ ਜਿਹੜੀ ਔਖੀ ਮਰਜਾਦਾ ਹੈ ਇਹ ਪਖੰਡ ਨਹੀਂ ਹੈ ਮੈਨੂੰ ਇੱਕ ਸੱਜਣ ਨੇ ਇੱਕ ਸਾਖੀ ਗੱਲ ਸੁਣਾਈ ਕਿ ਕਿਸੇ ਕੋਈ ਬਾਬੇ ਸੀ ਜਿਹੜੇ ਉਹ ਆਪਣੇ ਹੱਥ ਪੰਜ ਵਾਰੀ ਸੁੱਚੇ ਕਰਦੇ ਸੀ ਇੱਕ ਪੜਿਆ ਲਿਖਿਆ ਜਾ ਕੇ ਕਹਿੰਦਾ ਬਾਬਾ ਵੀ ਕਿਉਂ ਪਖੰਡ ਕਰਦਾ ਐ ਇਹ ਕੇਰਾਂ ਨਾਲ ਮਾਂਜੇ ਨਹੀਂ ਗਏ ਉਹ ਕਹਿੰਦਾ ਭਾਈ ਮਾਂਜੇ ਤਾਂ ਕੇਰਾਂ ਨਾਲ ਹੀ ਗਏ ਆ ਜਿਹੜੇ ਨਾਲ ਫਿਰਦੇ ਆ ਨਾ ਇਹ ਤਾਂ ਕੇਰਾਂ ਮਾਂਜਣਗੇ ਜਿਵੇਂ ਪੰਜ ਵਾਰੀ ਮਾਂਜਦਾ ਮੈਂ ਗਹਾਂ ਵਾਲੀ ਗੱਲ ਨੂੰ ਮੁੱਖ ਰੱਖ ਕੇ ਮਰ ਜਾਦਾ ਪਾੜ ਤਾ ਜਿਹੜਾ ਮਨ ਦਾ ਖੇਡਾ ਐ ਇਹ ਕੱਲਿਆਂ ਦਾ ਵੀ ਹੈ ਇਹ ਸਾਰਿਆਂ ਦਾ ਵੀ ਹੈ ਜਿਹੜੀ ਪਹਿਲਾਂ ਗੱਲ ਕੀਤੀ ਸੀ ਆਪਾਂ ਰਾਜਾ ਵਾਲੀ ਤਾਂ ਬਾਣੀ ਦੀ ਇੱਕ ਪੰਗਤੀ ਹੈ ਮਨ ਰਾਜਾ ਸੁਲਤਾਨ ਤਾਂ ਅਸਲ ਦੇ ਵਿੱਚ ਸਭ ਤੋਂ ਵੱਧ ਖੇਡਾ ਚਾਹੇ ਆਸਤਿਕਾਂ ਨੂੰ ਪੁੱਛੋ ਚਾਹੇ ਨਾਸਤਿਕਾਂ ਨੂੰ ਪੁੱਛੋ ਕਹਾਣੀ ਸਾਰੀ ਮੰਨਦੇ ਜੋ ਕੁਛ ਕੀਆ ਮਨ ਕੀਆ ਤਾਂ ਇਸ ਕਰਕੇ ਪ੍ਰਬੰਧ ਵਜੋਂ ਵੀ ਸੰਬੰਧ ਵਜੋਂ ਵੀ ਜਿਹੜੀ ਸੇਵਾ ਹੈ ਜਿਹੜੀ ਮਰਜ਼ਾਦ ਹੈ ਇਹ ਬੁਨਿਆਦੀ ਸੂਤਰ ਹੈ ਕਿ ਮਨ ਬਸ ਆਵੇ ਸੰਗਤ ਹੈ ਜਿਹੜੀ ਉਹ ਇਹਦੇ ਚ ਸਹਾਈ ਹੈ ਗੁਰੂ ਨਾਲ رابطہ ਹੋਣਾ ਲਾਜ਼ਮੀ ਹੈ ਉਹਦੇ ਬਿਨਾ ਮੁਕਤੀ ਨਹੀਂ ਹੈ ਸਾਨੂੰ ਸਭ ਨੂੰ ਪਤਾ ਹੈ ਪਰ ਉਹਦੇ ਤੱਕ ਜਾਣ ਦਾ ਰਾਹ ਕੀ ਹੈ ਸਭ ਨੇ ਤਾਂ ਗੁਰਮੁਖ ਨਹੀਂ ਹੋ ਜਾਣਾ ਸਾਨੂੰ ਵੀ ਪਤਾ ਹੈ ਕਿ ਕੋਟ ਮਧੇ ਕੋ ਹਾਂ ਠੀਕ ਹੈ ਨਾ ਉਹ ਤਾਂ ਕੋਈ ਹੋਊਗਾ ਤੇ ਬਾਕੀ ਸਾਰੇ ਅਸੀਂ ਕੀ ਕਰਾਂਗੇ ਅਸੀਂ ਮਰਜ਼ਾ ਦਾ ਪਾਲਾਂਗੇ ਅਸੀਂ ਸੇਵਾ ਦਾ ਅਮਲ ਕਰਾਂਗੇ ਮੈਂ ਇੱਕ ਸਭ ਤੋਂ ਗੱਲ ਕਹਿੰਦਾ ਕਿ ਜਿਹੜੇ ਆਪਦੇ ਘਰੇ ਝੂਠਾ ਗਲਾਸ ਵਿੱਚ ਰਸੋਈ ਜੇ ਧਰਨ ਨਹੀਂ ਜਾਂਦੇ ਉਹ ਜਦੋਂ ਲੰਗਰ ਚਲੇ ਜਾਂਦੇ ਨੇ ਬਿਨਾਂ ਤਖਲੀਬ ਤੋਂ ਭਾਂਡੇ ਮਾਣ ਸਕਦੇ ਨੇ ਇਹ ਸੰਗਤ ਦਾ ਕਿਰਸ਼ਮਾ ਹੈ ਇਹ ਸੰਗਤ ਦਾ ਅਸਰ ਹੈ ਦੁਨੀਆ ਦੇ ਵਿੱਚ ਇਹ ਗੱਲ ਬਹੁਤ ਪ੍ਰਸਿੱਧ ਹੋਈ ਹੈ ਕਿ ਪਿਛਲੇ ਸਮੇਂ ਚ ਸਿੱਖਾਂ ਨੇ ਰਾਜਨੀਤਿਕ ਤੌਰ ਤੇ ਬੰਦੇ ਗੱਡੀਆਂ ਦੇ ਬਹਿ ਗਏ ਸੀ ਉਹਨਾਂ ਨੂੰ ਵੀ ਚਾਹੇ ਸੰਕੇਤਾਤਮਕ ਸੇਵਾ ਲਈ ਪਰ ਉਹਨਾਂ ਨੂੰ ਸੇਵਾ ਲਈ ਤੇ ਕੋਈ ਗ੍ਰਹਿ ਮੰਤਰੀ ਸੀਗਾ ਤਾਂ ਉਹ ਇੱਕ ਇਸ਼ਾਰਾ ਸੀ ਕਿ ਮਰਜ਼ਾਦਾ ਦਾ ਜਿਹੜਾ ਪਾਲਣ ਹੈ ਉਹ ਕਿਵੇਂ ਅਸਰ ਰੱਖਦਾ ਹੈ ਕਹਿੰਦੇ ਕਹਾਉਂਦਿਆਂ ਉਹ ਵੀ ਉੱਥੇ ਲੈ ਆਉਂਦਾ ਤੇ ਉਹ ਬੇਇੱਜ਼ਤੀ ਮਹਿਸੂਸ ਨਹੀਂ ਕਰਦੇ ਮੈਂ ਇੱਕ ਸੁੰਦਰ ਬੰਦੇ ਨੂੰ ਸੁਣਿਆ ਬੋਲਦੇ ਹਿੰਦੂ ਬੰਦੇ ਨੂੰ ਉਹ ਕਹਿੰਦਾ ਸਿੱਖ ਤਾਂ ਇਹੋ ਜਿਹੇ ਨੇ ਵੀ ਉਹਨਾਂ ਦਾ ਮੁੱਖ ਮੰਤਰੀ ਜੇ ਝਾੜੂ ਲਾਵੇ ਖੁਸ਼ ਹੁੰਦਾ ਕਹਿੰਦੇ ਸਾਡੇ ਦਾ ਬੁਰੇ ਮਨ ਜਾਂਦੇ ਨੇ ਤੇ ਇਹ ਸਾਡੇ ਘਰੇ ਜਿਹੜੀ ਪਰੰਪਰਾ ਹੈ ਇਹ ਪਰੰਪਰਾ ਦਾ ਬਿਰਤਨ ਹੈ ਕਿ ਮਨ ਨੂੰ ਕਿਵੇਂ ਸਾਧਣਾ ਹੈ ਉਹਦਾ ਇਤੋਂ ਬਿਹਤਰ ਤਰੀਕਾ ਨਹੀਂ ਹੈ ਸੇਵਾ ਤੋਂ ਬਿਹਤਰ ਤੇ ਸੰਗਤ ਦੇ ਵਿੱਚ ਆਉਣ ਤੋਂ ਹਾਂ ਇਹ ਦੋਨਾਂ ਕੰਮਾਂ ਦੇ باوجود ਵੀ ਫਰਕ ਨਹੀਂ ਪੈਂਦਾ ਇਹਦਾ ਪਤਾ ਕਿਵੇਂ ਲੱਗਦਾ ਕਿ ਫਰਕ ਕਿੰਨਾ ਪੈ ਗਿਆ ਹਾਂ ਮਨ ਦੇ ਅੰਦਰ ਪੂਰਨ ਟਿਕਾਣਾ ਨਹੀਂ ਆਉਂਦਾ ਸਾਨੂੰ ਲੱਗਦਾ ਹੁੰਦਾ ਏਦਾਂ ਕਿ ਜਿੱਦਾਂ ਰੱਬ ਨਾਲ ਜੁੜਨਾ ਕੋਈ ਏਦਾਂ ਹੈ ਕਿ ਪੱਕੀ ਗੂੜੀ ਨੀਂਦ ਹੋ ਜਾਏਗੀ ਸਾਨੂੰ ਦੁੱਖ ਭੁੱਖ ਨਹੀਂ ਲੱਗੇਗੀ ਇਹ ਜਿਹੜੀ ਕਲਪਨਾ ਹੈ ਇਹ ਸੰਸਾਰ ਦੇ ਸੁੱਖ ਦੇ ਖਿਆਲ ਤੋਂ ਹੀ ਆਉਂਦੀ ਹੈ ਇਹ ਸੰਸਾਰੀ ਸੁੱਖਾਂ ਦਾ ਪ੍ਰਗਟਾਵਾ ਹੀ ਹੈ ਮਨ ਕੋਈ ਆਮ ਨਹੀਂ ਹੈ ਬੋਧੀਆਂ ਨੇ ਸਦੀਆਂ ਪਹਿਲਾਂ ਲਿਖਿਆ ਕਿ ਬੰਦੇ ਨੂੰ ਸਿਰਫ ਇੱਕੋ ਹੀ ਠੱਗ ਸਕਦਾ ਉਹ ਮਨ ਹੈ ਜਿਹੜਾ ਬੁੱਲੇ ਸ਼ਾਹ ਕਹਿੰਦਾ ਕਿ ਉਹ ਠੱਗਾ ਦਾ ਠੱਗ ਉਹ ਕਹਿੰਦਾ ਵੀ ਇਦੋਂ ਗਾਂ ਵੀ ਕੋਈ ਹੈ ਉਹ ਰੱਬ ਹੈ ਜਿਨੇ ਠਗਮੂਰੀ ਲਾਈ ਹੈ ਇਹ ਜੋ ਅਨੰਦ ਸਾਹਿਬ ਪੜਦੇ ਆਪਾਂ ਬਿਜਨ ਅਤੇ ਠਰੋਲੀ ਪਾ ਕੇ ਜੱਗ ਸਾਜਿਆ ਹਾਂ ਤਾਂ ਉਹ ਜਿਹੜਾ ਇਹ ਠੱਗੀ ਜਿਹੜੀ ਜਿਹੜਾ ਇਹ ਭ੍ਰਮ ਹੈ ਜਿਹੜਾ ਇਹ ਦ੍ਰਿਸ਼ ਹੈ ਇਹ ਅਸੀਂ ਪੜ ਲੈਣਾ ਬਹੁਤ ਆਮ ਤੋਂ ਕਿ ਇਹ ਜੱਗ ਤੋਂ ਇਹਦਾ ਪਹਾੜ ਹੈ ਪਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਉਹ ਸਮਝਣ ਲਈ ਦੋ ਬਿਰਤਾਂਤ ਨੇ ਇੱਕ ਇਹ ਪਾਸੇ ਇਹ ਜੱਗ ਤੋਂ ਇਹਦਾ ਪਹਾੜ ਹੈ ਇਹ ਪਾਸੇ ਇਹ ਸੱਚੇ ਦੀ ਕੋਠੜੀ ਹੈ ਬਿਨ ਸਾਚੇ ਜੱਗ ਕਾਚਾ ਇਹ ਕੱਚਾ ਤਾਂ ਹੈ ਜੇ ਸੱਚੇ ਦਾ ਅਹਿਸਾਸ ਨਹੀਂ ਹੈ ਜੇ ਉਹਦਾ ਅਹਿਸਾਸ ਹੈ ਉਹ ਤੇ ਕਣ-ਕਣ 'ਚ ਹੈ ਠੀਕ ਹੈ ਨਾ ਇਹ ਦੋ ਦ੍ਰਿਸ਼ ਨੇ ਸਾਡੇ ਸਾਹਮਣੇ ਦੋ ਕਿਉਂ ਨੇ ਕਿਉਂਕਿ ਸਾਡੀ ਜਿਹੜੀ ਬੁੱਧੀ ਹੈ ਇਹਨੂੰ ਸਿਰਫ ਦੋ ਸਮਝ ਆਉਂਦਾ ਨਾ ਸਾਨੂੰ ਇੱਕ ਸਮਝ ਆਉਂਦਾ ਨਾ ਸਾਨੂੰ ਬਹੁਤੇ ਸਮਝ ਆਉਂਦਾ ਤੁਸੀਂ ਵੇਖ ਲਿਓ ਇਹ ਗੱਲ ਮੈਂ ਜੋ ਪਹਿਲਾਂ ਬੋਲਿਆ ਸੀ ਮੈਂ ਬਹੁਤੇ ਚਿਹਰੇ ਵੇਖਦਾ ਸੀਗਾ ਪਤਾ ਲੱਗਦਾ ਸੀ ਕਿ ਪਸੰਦ ਨਹੀਂ ਆ ਰਹੀ ਗੱਲ ਠੀਕ ਹਾਂ ਕਿਉਂਕਿ ਜਿਹੜਾ ਪਸੰਦ ਨਾ ਪਸੰਦ ਸਾਡੇ ਅੰਦਰ ਦੁਬਾਇਤ ਹੈ ਦਿਨ ਰਾਤ ਚਿੱਟਾ ਕਾਲਾ ਮਿੱਠਾ ਕੌੜਾ ਸਾਨੂੰ ਦੋ ਹੀ ਸਮਝ ਆਉਂਦਾ ਤੇ ਇਸ ਕਰਕੇ ਗੁਰੂ ਨੇ ਇੱਕ ਦੀ ਗੱਲ ਨੂੰ ਵੀ ਦੋ ਚ ਹੀ ਸਮਝਾਇਆ ਕਿ ਦੁੱਖ ਸੁੱਖ ਦੋਏ ਕਪੜੇ ਨੇ ਨਾ ਹਾਂ ਤਾਂ ਰੱਬ ਦੇ ਮਲਾਪ ਦਾ ਸੇਵਾ ਦੇ ਫਲ ਦਾ ਇਹ ਮਾਨਾ ਨਹੀਂ ਹੈ ਕਿ ਤੁਹਾਨੂੰ ਵਧੀਆ ਕੱਪੜੇ ਮਿਲਗੇ ਤੁਹਾਨੂੰ ਵਧੀਆ ਗੱਡੀ ਮਿਲਗੀ ਵਧੀਆ ਥਾਂ ਮਿਲਗੀ ਸੌਣ ਨੂੰ ਨਹੀਂ ਇਹ ਸੇਵਾ ਦਾ ਫਲ ਨਹੀਂ ਹੈ ਜੋ ਗੀਤਾ ਚ ਕਹਿੰਦੇ ਨੇ ਕਿ ਸੇਵਾ ਕਰੋ ਪਰ ਫਲ ਦੀ ਇਛਾ ਨਾ ਰੱਖਿਓ ਉਹਦਾ ਮਤਲਬ ਇਹ ਸੀ ਕਿ ਸੁੱਖਾਂ ਦੀ ਆਸ ਨਾ ਕਰੋ ਜੀ ਮੰਗਣਾ ਫਿਰ ਕੀ ਹੈ ਸੇਵਾ ਤੋਂ ਮਿਲਣਾ ਕੀ ਹੈ ਉਹਦੇ ਚੋਂ ਹੋਰ ਸੇਵਾ ਮਿਲਣੀ ਹੈ ਸਾਡੇ ਪਰੰਪਰਾ ਇਹ ਕਹਿੰਦੀ ਹੈ ਕਿ ਗੁਰੂ ਦੇ ਘਰੋਂ ਮੁਕਤੀ ਮਿਲਣੀ ਹੈ ਉਹਦੇ ਤੋਂ ਬਿਨਾ ਸਾਡੀ ਜਿਹੜੀ ਅਰਦਾਸ ਹੈ ਉਹਨੂੰ ਸਾਡੇ ਬੰਦੇ ਯਾਦ ਨਹੀਂ ਕਰਨਾ ਚਾਹੁੰਦੇ ਖਾਸ ਕਰਕੇ ਰਾਜਨੀਤਿਕ ਕਾਰਨਾ ਕਰਕੇ ਇਹ ਤੋਂ ਵੀ ਗਾਹ ਸੁੱਖਾਂ ਦੇ ਲਾਲਚ ਕਰਕੇ ਲੱਗਦਾ ਹੈ ਕਿ ਜਿਨ੍ਹਾਂ ਦੀ ਅਰਦਾਸ ਹੈ ਉਹਨਾਂ ਨੇ ਬੜੇ ਦੁੱਖ ਝੱਲੇ ਉਹਨਾਂ ਨੂੰ ਯਾਦ ਹੀ ਨਹੀਂ ਕਰਨਾ ਚਾਹੁੰਦੇ ਸ਼ਹਾਦਤ ਦਾ ਸ਼ਹੀਦ ਦਾ ਰਤਬਾ ਇਤਿਹਾਸ ਦੇ ਵਿੱਚ ਗੁਰੂ ਤੋਂ ਬਾਅਦ ਸਤਕਾਰਯੋਗ ਹੈ ਜਿੰਨੇ ਸਾਡੇ ਗੁਰੂ ਧਾਮ ਨੇ ਉਹ ਬਹੁਤੇ ਸ਼ਹੀਦਾਂ ਦੇ ਨੇ ਦਿੱਲੀ 'ਚ ਵੀ ਗੁਰੂ ਦੀ ਯਾਦ 'ਚ ਸਭ ਤੋਂ ਵੱਡੇ ਗੁਰਦੁਆਰੇ ਸ਼ਹਾਦਤ ਵਾਲੀ ਥਾਂ ਦੇ ਨੇ ਸਾਡੀ ਸਾਰੀ ਸੰਗਤ ਜਿਹੜੀ ਸਿੱਖ ਸੰਗਤ ਉਹ ਫਤਵ ਤੋਂ ਬਾਅਦ ਪੜਦੀ ਸੋ ਕਮਨਿ ਸਾਹਿਬ ਗੁਰੂ ਦੀ ਸ਼ਹਾਦਤ ਫੇਰ ਸਭ ਤੋਂ ਵੱਧ ਸੁਣਦੇ ਅਸੀਂ ਭੋਗਦੇ ਹਾਂ ਸਲੋਕ ਮਹੱਲਾ 9 ਵਾ ਗੁਰੂ ਦੀ ਸ਼ਹਾਦਤ ਤਾਂ ਸੰਸਾਰ ਦੇ ਵਿੱਚ ਮਨ ਦੀ ਜਿਹੜੀ ਪਕਿਆਈ ਹੈ ਉਹਦਾ ਪ੍ਰਗਟਾਵਾ ਸੇਵਾ ਤੋਂ ਸ਼ੁਰੂ ਹੁੰਦਾ ਉਹਦਾ ਪ੍ਰਗਟਾਵਾ ਮਰਯਾਦਾ ਪਾਲਣ ਤੋਂ ਸ਼ੁਰੂ ਹੁੰਦਾ ਤੇ ਸ਼ਹਾਦਤ ਤੱਕ ਜਾਂਦਾ ਹੈ ਤੁਹਾਡਾ ਮਨ ਅਖੌਤੀ ਤਰੀਕੇ ਨਾਲ ਸ਼ਾਂਤ ਰਹੇ ਜਿਹੜਾ ਉਹ ਲੋਕਿਆਂ 'ਚ ਪੈ ਕੇ ਵੇਚਦੀਆ 2 ਹਫ਼ਤਿਆਂ ਦਾ ਸਪਿਰਚੁਅਲ ਕੈਂਪ ਲਾਓ ਠੀਕ ਉਹ ਬਹਿਮ ਹੋਰ ਚੀਜ਼ ਹੈ ਉਹ ਸੁੱਖਾਂ ਨੂੰ ਧਰਮ ਦਾ ਰੰਗ ਦੇ ਕੇ ਵੇਚਣ ਦਾ ਖੇਡਾ ਹੈ ਉਹ ਸੁੱਖਾਂ ਨੂੰ ਧਰਮ ਦਾ ਰੰਗ ਦੇ ਕੇ ਵੇਚਣ ਦਾ ਖੇਡਾ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਤਾਂ ਇਹ ਗੱਲ ਸਮਝ ਪੈਂਦੀ ਵਿੱਚ ਕਿ ਉਹਨੂੰ ਪੜ੍ਹਨਾ ਕਿਵੇਂ ਹੈ ਜਿਹੜਾ ਸਾਸ ਸਾਥ ਸਿਮਰੋ ਹੈ ਇਹਨੂੰ ਜਿ ਸਿਰਫ ਮੰਨਦੇ ਪ੍ਰਸੰਗ 'ਚ ਕਹਿਣਾ ਹੋਵੇ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਆ ਪੱਖਾ ਵੱਧ ਤੋਂ ਵੱਧ 1 ਮਿੰਟ ਦੇ ਵਿੱਚ 14-1500 ਗੇੜੇ ਕੱਢਦਾ ਜਿਹੜੇ ਮਨੋਵਿਗਿਆਨੀ ਨੇ ਜਿਹੜੇ ਡਾਕਟਰ ਦੱਸਦੇ ਨੇ ਕਿ ਸਾਡੇ ਦਿਮਾਗ ਦੇ ਵਿੱਚ ਜਿਹੜੀ ਹਿਲਜੁਲ ਹੁੰਦੀ ਹੈ ਉਹ ਇੱਕ ਪਲ ਦੇ ਇੱਕ ਸੈਕਿੰਡ ਦੇ ਵਿੱਚ ਉਹਦੀ ਗਿਣਤੀ ਹਜ਼ਾਰਾਂ 'ਚ ਹੈ ਉਹਦੀ ਗਿਣਤੀ ਹਜ਼ਾਰਾਂ 'ਚ ਹੈ ਇੱਕ ਸੈਕਿੰਡ ਦੇ ਵਿੱਚ ਜੇ ਆਪਾਂ ਬਾਣੀ ਤੇ ਆਈਏ ਇਹ ਮਨੁਹਾ ਬਉਰੰਗੀ ਇੱਕ ਖਿੰਮ ਹੈ ਤਾਂ ਇਹ ਜਿਹੜਾ ਇੱਕ ਪਲ ਦੇ ਵਿੱਚ ਵੀ ਬਹੁਤ દિਸ਼ਾਵਾਂ ਭਟਕ ਜਾਂਦਾ ਹੈ ਇਹਦੇ ਟਿਕਾ ਦਾ ਕਿਹੜਾ ਤਰੀਕਾ ਹੈ ਦੁਨੀਆਂ ਆ ਦੀਆਂ ਕਿਤਾਬਾਂ ਚ ਢੇਰ ਆ ਦੁਨੀਆਂ ਚ ਫਲਸਫੀਆਂ ਦਾ ਕਿ ਐਦਾਂ ਕਰੋ ਉਦਾਂ ਕਰੋ ਸ਼ਾਇਦ ਮਨ ਬਸ ਆਵੇ ਇਹ ਮਨ ਆਰ ਸੀ ਕੋਈ ਗੁਰਮੁਖ ਵੇਖੇ ਠੀਕ ਇਹਦੀ ਪੂਰਨਤਾ ਦਾ ਕਿਸੇ ਨੂੰ ਹਾਸਲ ਹੋਣੀ ਹੈ ਤਾਂ ਸਾਡੇ ਕੋਲੇ ਪਰੰਪਰਾ ਸੇਵਾ ਤੇ ਮਰਯਾਦਾ ਦਾ ਜਿਹੜਾ ਰੂਪ ਹੈ ਉਹਦੇ ਚ ਇੱਕ ਨੁਕਤਾ ਸਮਝਣ ਵਾਲਾ ਇਹ ਹੈ ਕਿ ਸਾਡਾ ਜਿਹੜਾ ਜੇ ਮਾਨਨਾ ਕਮਾ ਦਿਮਾਗ ਹੀ ਕਹ ਲੋ ਚਲੋ ਸਮਝਣ ਵਾਸਤੇ ਉਹ ਜਿੰਨਾ ਤੇਜ਼ ਚੱਲਦਾ ਉਹਦਾ ਕੀ ਹੀਲਾ ਹੋ ਸਕਦਾ ਜਿੰਨੀ ਕੋਈ ਤੇਜ਼ ਗੱਡੀ ਜਾ ਰਹੀ ਹੈ ਉਹਨੂੰ ਫੜਨ ਵਾਸਤੇ ਉਹਦੋਂ ਤੇਜ਼ ਕੀ ਹੋ ਸਕਦਾ ਫੇਰੀ ਫੜੀ ਜਾਊਗੀ ਨਾ ਜੀ ਸਾਡੀ ਜਿਹੜੀ ਸਰੀਰ ਦੀ ਹਸਤੀ ਹੈ ਇਹ ਦੋ ਖਰਾਕਾਂ ਲੈਂਦੀ ਹੈ ਇੱਕ ਭੋਜਨ ਦੀ ਇੱਕ ਸ਼ਬਦ ਦੀ ਸ਼ਬਦ ਗੁਰੂ ਗੁਰੂ ਨੇ ਕਿਹਾ ਤਾਂ ਵੀ ਗੁਰੂ ਹੈ ਪਰ ਧਰਮ ਤੋਂ ਬਿਨਾਂ ਵੀ ਇਹ ਗੁਰੂ ਹੀ ਹੈ ਸ਼ਬਦ ਦਾ ਬੰਦਾ ਜੰਮਣ ਤੋਂ ਪਹਿਲਾਂ ਮਾਂ ਦੇ ਪੇਟ 'ਚ ਸੁਣਨਾ ਸਿੱਖ ਜਾਂਦਾ ਹੈ ਸੁਣਨਾ ਸਭ ਤੋਂ ਵੱਡਾ ਹੈ ਕਿਉਂਕਿ ਸੁਣਨ ਨਾਲ ਹੀ ਮਨ ਨੂੰ ਮਿਲਿਆ ਜਾ ਸਕਦਾ ਹੈ ਕਿਉਂਕਿ ਬੰਦੇ ਨੂੰ ਜਿੰਨੀ ਵੀ ਜਾਣਕਾਰੀ ਹਾਸਲ ਹੈ ਬੰਦੇ ਵਜੋਂ ਉਹ ਸਾਰੀ ਸੁਣਨ ਚੋਂ ਆਈ ਹੈ ਕਿ ਇਹ ਬਾਬਾ ਜੀ ਨੇ ਮੈਨੂੰ ਕਿਦਾਂ ਪਤਾ ਹੈ ਮੈਂ ਪਹਿਲਾਂ ਸੁਣਿਆ ਹੋਇਆ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਕਿਸੇ ਨੂੰ ਇਸ ਪਹਿਰਾਵੇ 'ਚ ਦੇਖਿਆ ਤਾਂ ਘਰਦਿਆਂ ਨੇ ਸਮਝਾਇਆ ਕਿ ਬਾਬਾ ਜੀ ਆਏ ਬਾਬਾ ਆਇਆ ਕਿ ਬਾਬਾ ਜੀ ਆਏ ਜੋ ਸਮਝਾਇਆ ਉਹ ਮੇਰੇ ਅੰਦਰ ਬਸਿਆ ਫੇ ਦੁਬਾਰੇ ਦੇਖਿਆ ਤਾਂ ਠੀਕ ਤਾਂ ਸਾਨੂੰ ਜਿੰਨੀ ਵੀ ਜਾਣਕਾਰੀ ਹੈ ਮਨੁੱਖਾਂ ਵਾਲੀ ਜਾਣਕਾਰੀ ਉਹ ਸਾਰੀ ਸੁਣਨ ਚੋਂ ਆਈ ਹੈ ਤਾਂ ਮਨ ਦੇ ਟਿਕਾ ਦਾ ਰਾਹ ਸੁਣਨ ਚੋਂ ਆਉਣਾ ਹੈ ਅਸੀਂ ਪੜਦੇ ਆਂ ਜਾਂ ਵੇਖਦੇ ਆਂ ਮੈਂ ਵੇਖ ਰਿਹਾ ਵੀ ਇਹ ਜਿਹੜਾ ਸੀਸਾ ਹੈ ਇਹ ਕੀ ਹੈ ਇਹਨੂੰ ਇਹ ਵੀ ਮੈਨੂੰ ਸੁਣ ਕੇ ਪਤਾ ਲੱਗਿਆ ਫਿਰ ਬਾਅਦ ਜਦ ਮੈਂ ਅੱਖਾਂ ਨਾਲ ਹੀ ਵੇਖ ਕੇ ਇਹਨੂੰ ਮੈਂ ਮੰਨ ਲਿਆ ਵੀ ਹਾਂ ਇਹ ਉਹੀ ਚੀਜ਼ ਹੈ ਜੋ ਪਹਿਲਾਂ ਵੇਖੀ ਸੀ ਅਸੀਂ ਜੋ ਪੜਦੇ ਆਂ ਪਹਿਲਾ ਅੱਖਰਾਂ ਨੂੰ ਸਿੱਖਿਆ ਕਿ ਆ ਅੱਖਰ ਹੈ ਇਹ ਇਹਦੀ ਮਾਤਰਾ ਹੈ ਇਹਨੂੰ ਏਦਾਂ ਜੋੜਨਾ ਹੈ ਇਹ ਏਦਾਂ ਉਠਾਉਣਾ ਹੈ ਫਿਰ ਓਟ ਕੇ ਜਾਗਦਾ ਤਾਂ ਮਨ ਨਾਲ ਜੁੜਦਾ ਬਾਣੀ ਦਾ ਪੜਨ ਵੀ ਅਖੀਰ ਕੰਨਾਂ ਤੋਂ ਅੱਖਾਂ ਨਹੀਂ ਜਾਂਦਾ ਤਾਂ ਬੰਦੇ ਦਾ ਬੰਦੇ ਹੋਣਾ ਜੋ ਅੱਖਰ ਨਾਲ ਜੁੜਿਆ ਪਹਿਲਾਂ ਆਪਾਂ ਗੱਲ ਕੀਤੀ ਸੀ ਉਹ ਅਸਲ ਸਾਡੇ ਮਨ ਦੀ ਹਸਤੀ ਨਾਲ ਜੁੜਿਆ ਹੋਇਆ ਤੁਸੀਂ ਵੇਖਿਆ ਹੋਣਾ ਦੁਨੀਆਂ ਦੇ ਵਿੱਚ ਸੁੰਦਰਤਾ ਮੁਕਾਬਲੇ ਹੁੰਦੇ ਨੇ ਠੀਕ ਬੰਦਾ ਕਿਹੋ ਜਿਹਾ ਸੁੰਦਰ ਹੈ ਔਰਤ ਕਿਹੋ ਜੀ ਸੁੰਦਰ ਹੈ ਇਹ ਸਾਡੀਆਂ ਅੱਖਾਂ ਨਹੀਂ ਦੇਖਦੀਆਂ ਸਾਡੇ ਕੰਨ 'ਚ ਪੈਂਦਾ ਪਹਿਲਾਂ ਪਹਿਲਾਂ ਸਾਡੇ ਕੰਨਾਂ 'ਚ ਪੈਂਦਾ ਮਿਸਾਲ ਵਜੋਂ ਸਾਡੇ ਜੇ ਇੱਥੇ ਵਿਆਹ ਹੋਵੇ ਤਾਂ ਸਾਡੀਆਂ ਧੀਆਂ ਪਹਿਣਾ ਕਿਹੋ ਜਿਹੇ ਕੱਪੜੇ ਪਾਉਂਦੀਆਂ ਗੁਲਾਬੀ ਜਾਂ ਲਾਲ ਕਿਉਂ ਚੰਗਾ ਲੱਗਦਾ ਅੱਖਾਂ ਕਰਕੇ ਨਹੀਂ ਮਨ 'ਚ ਬਸੇ ਹੋਏ ਖਿਆਲ ਕਰਕੇ ਜੇ ਗੋਰੀਆਂ ਦੇ ਵਿਆਹ ਹੋਵੇ ਚਿੱਟੇ ਪਾਉਂਦੀਆਂ ਨੇ ਸਾਡੇ ਚਿੱਟੇ ਕਿਉਂ ਪਾਉਂਦੀਆਂ ਨੇ ਹਾਂ ਤਾਂ ਰੰਗ ਦਾ ਮਾਣਾ ਕਿੱਥੇ ਐ ਮਨ 'ਚ ਮਨ 'ਚ ਕਿਵੇਂ ਆਇਆ ਕੰਨਾਂ 'ਚੋਂ ਸੁਣ ਕੇ ਤਾਂ ਇਹ ਜੋ ਸਮਝ ਪੈਂਦਾ ਮੈਨੂੰ ਬਾਣੀ ਪੜ੍ਹ ਕੇ ਜਾਂ ਪਰੰਪਰਾ 'ਚੋਂ ਕਿ ਮਨ ਦੇ ਸਾਧੇ ਜਾਣ ਦਾ ਰਾਹ ਸੁਣਨ ਦੇ ਵਿੱਚ ਹੈ ਫਿਰ ਪੜਨ ਦੇ ਵਿੱਚ ਵੀ ਹੈ ਪਰ ਕੀ ਪੜਨ ਦੇ ਵਿੱਚ ਹੈ ਇਹ ਦੇਖਣ ਵਾਲਾ ਹੈ ਜਿਹੜੇ ਬੰਦੇ ਆਪਣੇ ਆਪ ਨੂੰ ਗੁਰੂ ਦੇ ਨਾਨਕ ਨਾਮ ਲਿਆ ਸਮਝਦੇ ਨੇ ਉਹਨਾਂ ਨੂੰ ਤੇ ਪਤਾ ਹੀ ਹੈ ਕਿ ਕੀ ਪੜਨ ਚੋਂ ਹੈ ਪਰ ਇਹ ਸਾਧੇ ਜਾਣ ਦੇ ਵਿੱਚ ਵੀ ਇਹ ਸਾਰਾ ਜਿਹੜਾ ਵਰਤਾਰਾ ਹੈ ਉਹ ਜ਼ਰੂਰ ਵੇਖਣਾ ਬਣਦਾ ਹੈ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਇੱਕ ਡਰ ਦੀ ਇੱਕ ਲਾਲਚ ਦੀ ਇੱਕ ਨਿਸ਼ਚੇ ਦੀ ਯਕੀਨ ਦੀ ਤਾਂ ਜਿਵੇਂ ਅਸੀਂ ਚਾਹ ਰਹੇ ਹਾਂ ਕਿ ਸਾਡਾ ਮਨ ਯਕੀਨ ਚੋਂ ਆਵੇ ਯਕੀਨ ਆਇਆ ਤਾਂਹੀਂ ਟਿਕਾਉ ਆਉਣਾ ਨਾ ਜੀ ਤਾਂ ਉਹਵੇਂ ਦੁਨੀਆ ਦੇ ਵਰਤਾਰੇ ਚ ਹੈ ਕਿ ਮਨ ਟਿਕਾਚ ਨਾ ਆਵੇ ਬੰਦਾ ਯਕੀਨ ਚ ਨਾ ਆਵੇ ਤੁਸੀਂ ਦੇਖਿਆ ਹੋਣਾ ਬੰਦਿਆਂ ਦੇ ਕੱਪੜੇ ਲੈਣ ਜਾਓ ਤਾ ਲਾ ਪਾ ਕੇ ਉਹੀ 5-10 ਰੰਗ ਨੇ ਬੀਬੀਆਂ ਦੇ ਕੱਪੜੇ ਲੈਣ ਜਾਓ ਹਜ਼ਾਰਾਂ ਰੰਗ ਨੇ ਖਾਦੇ ਕਰਕੇ ਕਿਉਂ ਨਹੀਂ ਹਾਂ ਇਹ ਹੈ ਕਿ ਜੋ ਜ਼ਿੰਦਗੀ ਦੀ ਉਤਪਤੀ ਹੈ ਉਹਨੂੰ ਬਨਸਵੰਤਾ ਬੱਧ ਪਿਆਰੀ ਹੈ ਤਾਂ ਉਹਦੇ ਢਕਾਉਣ ਦਾ ਓਡਾ ਹੀ ਕੀੜਾ ਵੱਡਾ ਚਾਹੀਦਾ ਉਦੇ ਪਟਕਾਉਣ ਦਾ ਘੇਰਾ ਓਡਾ ਹੀ ਵੱਡਾ ਅਚਾਈਦਾ ਤਾਂ ਦੁਨੀਆ ਸਾਰੀ ਦੇ ਵਿੱਚ ਜਿੱਥੇ ਕਿਤੇ ਵੀ ਰਾਜਨੀਤਿਕ ਸੱਤਾ ਦਾ ਲੋਕਾਂ ਤੇ ਭੈ ਜੰਮਦਾ ਹੈ ਤਾਂ ਉਹਦੀ ਪਛਾਣ ਕਿੱਥੋਂ ਆਉਂਦੀ ਹੈ ਉਹਦੀ ਪਛਾਣ ਮਨੋਵਿਗਿਆਨ ਦੇ ਬੰਦੇ ਕਹਿੰਦੇ ਨੇ ਕਿ ਉਸ ਸਮਾਜ ਦੇ ਵਿੱਚ ਜਿਹੜਾ ਮੱਧ ਵਰਗ ਹੁੰਦਾ ਹੈ ਉਹਨਾਂ ਦੀ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਦੇ ਸ਼ਬਦ ਬਦਲ ਜਾਂਦੇ ਨੇ ਉਹਨਾਂ ਦੇ ਸ਼ਬਦ ਬਦਲ ਜਾਂਦੇ ਨੇ ਪਹਿਲਾਂ ਮਨੁੱਖ ਦਾ ਮਾਨ ਜਿੱਦਰ ਨੂੰ ਸਿੱਧਿਆ ਜਾਂਦਾ ਫਿਰ ਸਾਰੀ ਜ਼ਿੰਦਗੀ ਉਧਰ ਨੂੰ ਉਸਲਦੀ ਹੈ ਸ਼ਬਦ ਆ ਜੋ ਸਾਡੇ ਕੰਨਾਂ ਰਾਹੀਂ ਸਾਡੇ ਅੰਦਰ ਵੱਸਦਾ ਤੇ ਇਹੀ ਸ਼ਬਦ ਟਕਾਓ ਦਾ ਕਾਰਨ ਬਣਦਾ ਹੈ ਇਹੀ ਉਜਾੜੇ ਦਾ ਢਟਕਾਓ ਦਾ ਕਾਰਨ ਬਣਦਾ ਹੈ ਤਾਂ ਦੁਨੀਆਂ ਦੇ ਵਿੱਚ ਸ਼ਬਦ ਦੀ ਰਾਜਨੀਤੀ ਹਥਿਆਰਾਂ ਤੋਂ ਵੱਡੀ ਹੈ ਸ਼ਬਦ ਦੀ ਰਾਜਨੀਤੀ ਵਪਾਰ ਤੋਂ ਵੱਡੀ ਹੈ ਸ਼ਬਦ ਧਰਮ ਬਜੋਂ ਵੀ ਸਭ ਤੋਂ ਵੱਡਾ ਹੈ ਸ਼ਬਦ ਦੇ ਉਪਤ ਪਰ ਲੋ ਹੋਵੇ ਇਹ ਕਵਿਤਾ ਨਹੀਂ ਹੈ ਬੰਦੇ ਦੀ ਹਸਤੀ ਹੈ ਜਿਹੜੀ ਉਹ ਸ਼ਬਦ ਨਾਲ ਕਿਵੇਂ ਘੜੀਦੀ ਹੈ ਸਾਡੇ ਆਲੇ-ਦੁਆਲੇ ਜਿੰਨੇ ਸ਼ਬਦ ਹਨ ਉਹ ਸਾਡੇ ਦੇ ਕਿਵੇਂ ਅਸਰ ਪਾਉਂਦੇ ਨੇ ਕੱਲਾ ਉਚਾਰਨ ਵਜੋਂ ਨਹੀਂ ਸੰਕਲਪ ਵਜੋਂ ਜ਼ਿੰਦਗੀ ਦੀ ਸੇਧ ਵਜੋਂ ਮਿਸਾਲ ਵਜੋਂ ਤੁਹਾਨੂੰ ਕੀ ਸਵਾਦ ਲੱਗੇ ਸਵਾਦ ਦਾ ਜਿਹੜਾ ਮਾਨਾ ਹੈ ਏ ਰੋਜ਼ਾਨਾ ਜ਼ਿੰਦਗੀ ਚ ਹਜ਼ਾਰਾਂ ਬਾਰ ਹਰ ਬੰਦੇ ਦੇ ਅੰਦਰ ਵਾਪਰਦਾ ਹੈ ਸਵਾਦ ਦਾ ਮਨ ਕਿ ਬੰਦੇ ਨੇ ਕੋਈ ਸਵਾਦ ਦੀ ਗੱਲ ਨਹੀਂ ਕੀਤੀ ਕੁਝ ਵੀ ਸੁਣਿਆ ਕੁਝ ਵੀ ਵੇਖਿਆ ਕੁਝ ਵੀ ਹੰਡਾਇਆ ਸਾਰੀਆਂ ਚੀਜ਼ਾਂ ਅਖੀਰ ਨੂੰ ਅਸੀਂ ਸਵਾਦ ਤੇ ਲੈ ਜਾਂਦੇ ਹਾਂ ਅਸੀਂ ਆਪਣਾ ਇਤਿਹਾਸ ਵੀ ਇਦਾਂ ਸੁਣਾਉਨੇ ਆਂ ਕੇ ਭਾਈ ਮਨੀ ਸਿੰਘ ਨੇ ਕਿਹਾ ਕਿ ਬੰਦ ਇਥੋਂ ਨਾ ਕੱਟ ਇਥੋਂ ਕੱਟ ਤਾਂ ਕਿ ਸਵਾਦ ਆਵੇ ਸਾਡੀ ਜਿਹੜੀ ਆਮ ਸੁਰਤ ਹੈ ਉਹ ਆਪਣੀ ਜੀਬ ਤੇ ਪੱਧਰ ਤੇ ਸਾਰੇ ਧਰਮ ਨੂੰ ਸਾਰੇ ਇਤਿਹਾਸ ਨੂੰ ਵੇਖਦੀ ਹੈ ਹਾਲਾਂਕਿ ਜੀਬ ਦਾ ਸਵਾਦ ਜੀਬਾਂ ਦਾ ਸਵਾਦ ਹੈ ਹਾਲਾਂਕਿ ਇਦੋਂ ਵੀ ਅਗਾਹ ਜਾ ਕੇ ਜੀਬ ਹਾਲੇ ਖਾਣ ਮੇਲੇ ਇਹ ਵੇਖਦਾ ਹੈ ਕਿ ਉਹਨੂੰ ਖਾਣ ਲਈ ਇਹ ਚੀਜ਼ ਚੰਗੀ ਹੈ ਕਿ ਨਹੀਂ ਹੈ ਪਰ ਬੰਦਾ ਮਨ 'ਚ ਬਸ ਇਹ ਸਵਾਦ ਨੂੰ ਵੇਖਦਾ ਹੈ ਅੱਜ ਦੁਨੀਆਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਮੇਤ ਵਿੱਚੇ ਮੇਰੇ ਦੁਨੀਆਂ 'ਚ ਜਿੰਨੇ ਲੋਕ ਬਿਮਾਰ ਨੇ ਉਹ ਸਵਾਦ ਕਰਕੇ ਬਿਮਾਰ ਨੇ ਜੀ ਉਹਨਾਂ ਨੇ ਗਲਤ ਚੀਜ਼ ਖਾਧੀ ਗਲਤ ਵੇਲੇ ਖਾਧੀ ਗਲਤ ਤਰੀਕੇ ਖਾਧੀ ਬੰਦੇ ਨੇ ਦੋ ਹੀ ਖਰਾਕਾਂ ਖਾਣੀਆਂ ਨੇ ਇੱਕ ਭੋਜਨ ਦੀ ਇੱਕ ਸ਼ਬਦ ਦੀ ਜਿਹੜਾ ਦੋਨੇ ਗਲਤ ਖਾਂਦਾ ਹੈ ਉਹ ਭਾਈ ਜਿੰਨੇ ਮਰਜੀ ਕੈਂਪ ਲਾਰੇ ਜਿਹੜੇ ਮਰਜੀ ਬਾਬੇ ਕੋਲ ਚਲ ਜੇ ਜੈਸਾ ਅਨ ਜੈਸਾ ਮਨ ਤੇ ਜੈਸੀ ਦ੍ਰਿਸ਼ਟੀ ਹਾਂ ਉਹ ਦ੍ਰਿਸ਼ਟੀ ਵੀ ਅਨ ਨਾਲ ਤੇ ਸ਼ਬਦ ਨਾਲ ਬਣਨੀ ਹੈ ਗੁਰੂ ਬਾਬੇ ਨੇ ਜਿਹੜਾ ਲੰਗਰ ਚਲਾਇਆ ਸੀ ਉਹ ਭਾਈ ਮੇਰੀ ਸਮਝ ਇਹ ਕਹਿੰਦੀ ਆ ਜੋ ਮੈਨੂੰ ਤਜਰਬਾ حاصل ਹੋਇਆ ਸੁਣ ਕੇ ਪੜ੍ਹ ਕੇ ਵੇਖ ਕੇ ਕਿ ਜਾਤ ਪਾਤ ਮਟਾਉਣ ਵਾਸਤੇ ਚਲਾਇਆ ਸੀ ਇਹ ਵੀ ਠੀਕ ਹੈ ਭੁੱਖਿਆਂ ਨੂੰ ਰਜਾਇਆ ਸੀ ਇਹ ਵੀ ਠੀਕ ਹੈ ਪਰ ਭਾਈ ਸਾਨੂੰ ਖਾਣ ਸਿਖਾਇਆ ਸੀ ਕਿ ਜੇ ਖਾਣ ਸਿੱਖ ਜਾਈਏ ਜਉਣ ਸਿੱਖ ਜਾਵਾਂਗੇ ਬੰਦਿਆਂ ਵਜੋਂ ਜਉਣ ਲਈ ਖਾਣ ਸਿੱਖਣਾ ਜ਼ਰੂਰੀ ਹੈ ਦੋਨੇ ਤਰ੍ਹਾਂ ਦਾ ਖਾਣ ਸੰਗਤ ਵਾਲਾ ਵੀ ਪੰਗਤਵਾਲਾ ਵੀ ਅੱਜ ਸਾਡੇ ਜਿੰਨਾ ਕੁਝ ਵੀ ਹੋ ਰਿਹਾ ਹੈ ਸੰਗਤ ਵਜੋਂ ਮੈਂ ਇੱਕ ਮਿਸਾਲ ਦਿੰਨਾ ਕਿ ਬਹੁਤੀ ਵਾਰੀ ਹੁਣ ਤਾਂ ਇੱਥੇ ਮੇਰਾ ਵੀਰ ਬੈਠਾ ਇੱਕ ਕਥਾ ਵੀ ਇਦਾਂ ਹੁੰਦੀ ਹੈ ਕਿ ਉਹ ਨਾ ਬਾਚੀ ਹੈ ਜਿਹੜੀ ਗੁਰੂ ਦੀ ਹਾਜ਼ਰੀ 'ਚ ਬੈਠ ਕੇ ਗੱਲ ਕੀਤੀ ਜਾਂਦੀ ਹੈ ਉਹਦੇ 'ਚ ਵੀ ਨਾ ਮੁਖਤਾ ਹੁੰਦੀ ਹੈ ਸ਼ਬਦ ਨੂੰ ਇਦਾਂ ਪਰੋਸਿਆ ਜਾ ਰਿਹਾ ਹੈ ਇਹ ਸ਼ਬਦ ਦਾ ਅਦਬ ਨਹੀਂ ਹੈ ਇਹਦੇ 'ਚ ਗੁਰੂ ਦਾ ਅਦਬ ਨਹੀਂ ਹੈ ਪਹਿਲਾਂ ਲੋਕੀਂ ਬੇਸ਼ੱਕ ਘਟ ਪੜੇ ਸੀ ਪਰ ਸ਼ਬਦਾਂ ਦਾ ਅਦਬ ਕਿੰਨਾ ਸੀ ਜਾਦਤ ਅਨੁਸਾਰਿਆਂ ਨੂੰ ਗੁਰਮੁਖੀ ਦੇ ਅੱਖਰ ਜਿੱਥੇ ਮਿਲਦੇ ਲੋਕੀਂ ਚੱਕ ਕੇ ਮੱਥੇ ਲਾਉਂਦੇ ਸੀ ਹੁਣ ਲੋਕਾਂ ਨੇ ਅਖਬਾਰ ਵਿਛਾਏ ਹੁੰਦੇ ਉੱਤੇ ਬੈਠੇ ਹੁੰਦੇ ਜਿੰਨਾ ਜਿੰਨਾ ਸ਼ਬਦ ਦੀ ਬੇਅਦਬੀ ਹੋਏਗੀ ਬੰਦੇ ਦਾ ਮਨ ਖੁਆਰ ਹੋਏਗਾ ਬੰਦੇ ਦਾ ਕਰਦਾਰ ਉਹਨਾਂ ਥੱਲੇ ਜਾਏਗਾ ਜਿੰਨੀ ਸਾਡੇ ਬੰਦੇ ਗਾਲ੍ਹਾਂ ਬੋਂਦੇ ਨੇ ਇਹ ਕੋਈ ਭਲੇਖਾ ਨਹੀਂ ਰਹਿਣ ਦਿੰਦੀ ਵੱਡੇ ਵੱਡੇ ਗੁਰਦੁਆਰਿਆਂ ਦੇ ਪ੍ਰਧਾਨ ਜਹੇਦਾਰ ਸੀਸੇ ਤੇ ਗਾਲ੍ਹਾਂ ਕੱਢਦੇ ਮਿੱਥਕੇ ਨਹੀਂ ਕੱਢਦੇ ਉਹਨਾਂ ਨੂੰ ਰੋਜ਼ ਦੀ ਖਰਾਕ ਐਸੀ ਮਿਲਦੀ ਹੈ ਆਨੰਦ ਦੀ ਵੀ ਸ਼ਬਦ ਦੀ ਵੀ ਕਿ ਜਿਹੜਾ ਤਨ ਮਨ ਹੈ ਉਹ ਰੋਗੀ ਹੋਇਆ ਪਿਆ ਜੋ ਕਬੀਰ ਜੀ ਦਾ ਸ਼ਬਦ ਹੈ ਕਹਿੰਦਾ ਕਿ ਸਭ ਕੁਝ ਰੋਗੀ ਹੈ ਉਹਦੇ ਨਾਮ ਤੋਂ ਬਿਨਾ ਤਾਂ ਮਨ ਦੇ ਪ੍ਰਸੰਗ ਦੇ ਵਿੱਚ ਇਹੋ ਗੱਲ ਸਮਝਣ ਵਾਲੀ ਹੈ ਕਿ ਬੰਦੇ ਦਾ ਕੰਮ ਪਸੰਦ ਨਾ ਪਸੰਦ ਨਹੀਂ ਹੈ ਇਹ ਬੱਚੇ ਦਾ ਕੰਮ ਹੈ ਜਾਂ ਜਾਨਵਰ ਦਾ ਕੰਮ ਹੈ ਪਰ ਜਾਨਵਰ ਬੰਦਿਆਂ ਨਾਲੋਂ ਬਿਹਤਰ ਚੀਜ਼ਾਂ ਪਸੰਦ ਕਰਦਾ ਹੈ ਜਾਨਵਰ ਗਲਤ ਚੀਜ਼ਾਂ ਖਾ ਕੇ ਬਿਮਾਰ ਨਹੀਂ ਹੁੰਦਾ ਜਾਨਵਰ ਜਦੋਂ ਬਿਮਾਰ ਹੁੰਦਾ ਖਾਣਾ ਛੱਡ ਦਿੰਦਾ ਅਸੀਂ ਕੀ ਕਰਦੇ ਹਾਂ ਅਸੀਂ ਉਹਨੂੰ ਮੈਦਾ ਖਵਾਉਂਦੇ ਹਾਂ ਵੀ ਰੋਟੀ ਛੱੜਦੀ ਜਾਂ ਬ੍ਰੈਡ ਪੀਸ ਖਾਲ ਪਹਿਲਾ ਲੰਗਰ ਦੀ ਪਰੰਪਰਾ ਮਰਯਾਦਾ ਵਜੋਂ ਖਾਣ ਸਿੱਖਣਾ ਜ਼ਰੂਰੀ ਹੈ ਮਨ ਦੇ ਸਾਦੇ ਜਾਣ ਦੇ ਵਿੱਚ ਦੂਸਰਾ ਸ਼ਬਦਾਂ ਦੀ ਮਰਯਾਦਾ ਕਾਇਮ ਰੱਖਣੀ ਸਭ ਤੋਂ ਜ਼ਰੂਰੀ ਹੈ ਭੁੱਖੇ ਰਹਿਣਾ ਇੰਨਾ ਬੁਰਾ ਨਹੀਂ ਹੈ ਜਿੰਨਾ ਰੱਬ ਦੇ ਨਾਮ ਤੋਂ ਜਾਂ ਇਤਿਹਾਸ ਦੀ ਸੋਭਾ ਤੋਂ ਬਿਨਾਂ ਹੋਰ ਸ਼ਬਦ ਨੂੰ ਸੁਣਨਾ ਹੈ 1990 ਤੱਕ ਮੈਂ ਪੰਜਾਬ ਦੇ ਪਿੰਡਾਂ 'ਚ ਵਹਿੰਦਾ ਸਾਂ ਕਿ ਗੁਰੂ ਘਰਾਂ 'ਚੋਂ ਸਵੇਰੇ ਸ਼ਾਮੀ ਅੱਧੇ ਪੌਣੇ ਘੰਟੇ ਵਾਸਤੇ ਧਾਰਮਿਕ ਗੀਤ ਵੱਜਦੇ ਸੀ ਲੁੱੱਚੇ ਗੀਤ ਲੋਕਾਂ ਦੇ ਵਿਆਹਾਂ ਦੇ ਕਦੇ-ਕਦੇ ਵੱਜਦੇ ਸੀ ਹੁਣ ਖੇਡ ਉਲਟ ਗਈ ਹੈ ਲੁੱੱਚੇ ਗੀਤ ਹਰ ਵੇਲੇ ਵੱਜਦੇ ਨੇ ਧਾਰਮਿਕ ਗੀਤ ਕਦੇ-ਕਦੇ ਵੱਜਦਾ ਸਮਾਜਿਕ ਜ਼ਿੰਦਗੀ ਦੇ ਵਿੱਚ ਬੁਰੇ ਸ਼ਬਦ ਦਾ ਚੱਲਣ ਮਨਰੰਜਨ ਹੋ ਗਿਆ ਬੁਰੇ ਸ਼ਬਦ ਦਾ ਚੱਲਣ ਅਗਾਹ ਵਧੂ ਹੋ ਗਿਆ ਪਰ ਮੈਂ ਇਹਨਾਂ ਵੇਖ ਕੇ ਹੈਰਾਨ ਹਾਂ ਕਿ ਜਿਹੜੇ ਕੱਲ ਬੰਦੇ ਸ਼ਹਾਦਤ ਵਜੋਂ ਸੰਤ ਜਰਨੈਲ ਸਿੰਘ ਦਾ ਨਾਮ ਲੈਂਦੇ ਸੀ ਅੱਜ ਕੱਲ ਉਹ ਗਵਈਆਂ ਦਾ ਨਾਮ ਲਈ ਜਾਂਦੇ ਨੇ ਸ਼ਬਦ ਦੀ ਬੇਅਦਬੀ ਦਾ ਪੱਧਰ ਇਹਨਾਂ ਹੇਠਾਂ ਚਲਾ ਗਿਆ ਹਰ ਸਮਾਜ ਨੂੰ ਚਾਰ ਤਰ੍ਹਾਂ ਦੇ ਬੰਦੇ ਅਗਵਾਈ ਦਿੰਦੇ ਨੇ ਪਹਿਲੇ ਹੁੰਦੇ ਧਾਰਮਿਕ ਲੋਕ ਦੂਜੇ ਹੁੰਦੇ ਆ ਰਾਜਨੀਤਿਕ ਲੋਕ ਤੀਜੇ ਹੁੰਦੇ ਆ ਸੇਵਾ ਵਾਲੇ ਚੌਥੇ ਖਿਡਾਰੀ ਜਾਂ ਕਲਾਕਾਰ ਹੁੰਦੇ ਆ ਤੇ ਸਾਡਾ ਪੱਦਰ ਚੌਥੇ ਤੇ ਆਇਆ ਹੋਇਆ ਇਸ ਹਿਸਾਬ ਨਾਲ ਆਪਣਾ ਮਨ ਸਾਦੇ ਜਾਣ ਦੀ ਸੰਭਾਵਨਾ ਘਟ ਜਾਂਦੀ ਹੈ ਦੁਨੀਆਂ 'ਚ ਮਨ ਨੂੰ ਸਾਦੇ ਜਾਣ ਦਾ ਕੋਈ ਵੀ ਰਾਜਨੀਤਿਕ ਪ੍ਰਬੰਧ ਨਹੀਂ ਹੈ ਤੁਸੀਂ ਆਪਣੇ ਮਨ ਅੰਦਰ ਬੁਰੀ ਗੱਲ ਸੋਚ ਲਵੋ ਦੁਨੀਆਂ ਦੇ 200 ਮੁਲਕਾਂ 'ਚ ਕਿਸੇ ਮਨੁੱਖ ਕੋਲੇ ਕੋਈ ਕਾਨੂੰਨ ਨਹੀਂ ਹੈ ਕਿ ਤੁਹਾਨੂੰ ਸਜ਼ਾ ਦੇ ਦੇਵੇ ਕਿਸੇ ਨੂੰ ਸਜ਼ਾ ਨਹੀਂ ਮਿਲ ਸਕਦੀ ਕਿ ਤੁਸੀਂ ਕੀ ਸੋਚਦੇ ਹੋ ਨਾਰ ਅਚੇਤ ਇੱਥੇ ਮਿਲਦੀ ਹੈ ਬਾਈਬਲ ਪੜੋ ਕਿ ਤੁਸੀਂ ਦੂਜੇ ਬਾਰੇ ਬੁਰਾ ਚਿਤਪੁ ਵੀ ਲਿਆ ਤੁਸੀਂ ਤਾਂ ਕਰ ਲਿਆ ਆਪਣੇ ਬੰਨਿਓ ਕਿ ਜਿਹੜਾ ਸਾਡੇ ਅੰਦਰ ਸ਼ਬਦ ਬਸਿਆ ਹੋਇਆ ਹੈ ਉਹ ਕਿਵੇਂ ਚੱਲਦਾ ਹੈ ਇਸੇ ਨਾਲ ਹੀ ਸਾਡੀ ਮਨ ਦੀ ਸ਼ਾਂਤੀ ਮਨ ਦੀ ਸਾਧਨਾ ਜੁੜੀ ਹੋਈ ਹੈ ਮੇਰੇ ਅੰਦਰ ਕਿਹੜੇ ਖਿਆਲ ਫੁਰਦੇ ਨੇ ਜੇ ਬੰਦਾ ਸੇਵਾ 'ਚ ਜਾਏਗਾ ਸੇਵਾ ਦਾ ਖਿਆਲ ਫਰੇਗਾ ਜਾਂ ਰੱਬ ਦਾ ਖਿਆਲ ਫਰੇਗਾ ਜਾਂ ਇਤਿਹਾਸ ਦਾ ਖਿਆਲ ਫਰੇਗਾ ਰੋਜ਼ ਮਰਜ਼ਾ ਦਾ ਇਸੇ ਲਈ ਜ਼ਰੂਰੀ ਹੈ ਰੋਜ ਇਤਿਹਾਸ ਦੀ ਕਸਾ ਇਸੇ ਲਈ ਜ਼ਰੂਰੀ ਹੈ ਕਿ ਉਹ ਅੱਠਾਂ ਪਹਿਰਾਂ ਦੇ ਵਿੱਚੋਂ ਘੱਟ ਤੋਂ ਘੱਟ ਇੱਕ ਪਹਿਰ ਦਾ ਸਮਾਂ ਗੁਰਬਾਣੀ ਅਤੇ ਇਤਿਹਾਸ ਲਈ ਗੁਜ਼ਾਰਿਆ ਜਾਵੇ ਮਤਕੀ ਸਮੇਂ ਦੀ ਸੇਵਾ ਸਮੇਂ ਦਾ ਦਸਵੰਦ ਸਭ ਤੋਂ ਵੱਡਾ ਹੈ ਜੇ ਅੱਠਾਂ ਪਹਿਰਾਂ ਚੋਂ ਇੱਕ ਪਹਿਰ ਦਾ ਸਮਾਂ ਗੁਰਬਾਣੀ ਅਤੇ ਇਤਿਹਾਸ ਲਈ ਨਹੀਂ ਗੁਜ਼ਾਰ ਸਕਦੇ ਰੋਜ਼ਾਨਾ ਵਜੋਂ ਤਾਂ ਮੈਂ ਤੁਹਾਨੂੰ ਬਹੁਤ ਸਿਮਰ ਬੇਨਤੀ ਕਰਦਾ ਜਿੰਨਾ ਕਿ ਮੈਨੂੰ ਅੰਦਾਜ਼ਾ ਹੈ ਕਿ ਸਿੱਖਾਂ ਵਜੋਂ ਕੋਈ ਸੰਭਾਵਨਾ ਨਹੀਂ ਹੈ ਟਕਾਚ ਆ ਜਾਣ ਦੀ ਜਿਹੜੀ ਸਿੱਧੀ ਕਿਰਪਾ ਗੁਰੂ ਸਾਹਿਬ ਦੀ ਹੋਣੀ ਹੈ ਉਹ ਕੋਈ ਲੱਖਾਂ ਕਰੋੜਾਂ ਜੋ ਇੱਕ ਅੱਦੇ ਤੇ ਹੋਣੀ ਹੈ ਬਾਕੀਆਂ ਨੂੰ ਮਰਜ਼ਾਦਾ ਪਾਲਣੀ ਪੈਣੀ ਹੈ ਸਾਡਾ ਅੱਜ ਦਾ ਜੋ ਹਾਲਾਤ ਹੈ ਜੋ ਦੁਨੀਆ ਦਾ ਹਾਲਾਤ ਹੈ ਜਾਂ ਸਾਡੇ ਆਪਣੇ ਅੰਦਰਲਾ ਹਾਲਾਤ ਹੈ ਇਹਦੇ ਸੁਧਾਰੇ ਜਾਣ ਦਾ ਪਰੰਪਰਾ ਵਜੋਂ ਸਿਧਾਂਤ ਵਜੋਂ ਪਾ ਵੇਖੀ ਸਿਆਣਪ ਵਜੋਂ ਇੱਕੋ ਹੀ ਰਾਹ ਹੈ ਕਿ ਲੰਗਰ ਦੀ ਸੰਗਤ ਦੀ ਪੰਗਤ ਦੀ ਜਿਹੜੀ ਮਰਜ਼ਾਦਾ ਹੈ ਉਹਦੇ ਮਹੱਤਵ ਨੂੰ ਸਮਝ ਗਏ ਉਹਦੇ ਮਹੱਤਵ ਨੂੰ ਪਾਲੀਏ ਹੁਣ ਮੈਂ ਬਹੁਤ ਸਮਾਂ ਦੇ ਜਾ ਕੇ ਵੇਖਦਾ ਤੁਸੀਂ ਵੀ ਵੇਖ ਲਿਓ ਕਿ ਜਦੋਂ ਲੰਗਰ ਛੱਕਦੇ ਜਾ ਕੇ ਕਿੰਨੇ ਬੰਦੇ ਆਪਣੇ ਭਾਂਡੇ ਆਪ ਮੰਝਦੇ ਕਿੰਨੇ ਬੰਦੇ ਸਾਡੇ ਚ ਆਪਣਾ ਭਾਂਡਾ ਵੀ ਆਪ ਨਹੀਂ ਮਾਣ ਸਕਦੇ ਸਿਰਫ ਐਂ ਕਿ ਉੱਥੇ ਪੈਰ ਗਿੱਲੇ ਹੋ ਜਾਣਗੇ ਜਾਂ ਉੱਥੇ ਪੈਰ ਲਿਬੜ ਜਾਣਗੇ ਲੰਗਰ ਛਕਣਾ ਲੋਕਾਂ ਨੂੰ ਹੱਕ ਲੱਗਦਾ ਆਪਦਾ ਮੇਰਾ ਇੱਕ ਮਿੱਤਰ ਆ ਬਾਣੀਆਂ ਉਹਨੇ ਗੱਲ ਸੁਣਾਈ ਉਹ ਕਹਿੰਦਾ ਵੀ 10-15 ਸਾਲ ਪਹਿਲਾਂ ਉਹ ਗੁਰੂ ਘਰੇ ਚਲੇ ਗਏ ਕਿਸੇ ਥਾਂ ਤੇ ਲੰਗਰ ਛਕਿਆ ਨਾਲ ਉਹਦਾ ਦਾਦਾ ਸੀ ਉਹ ਮੁੰਡੇ ਨੂੰ ਕਹਿੰਦਾ ਵੀ ਮੁੰਡਿਆ ਆ 50 ਰੁਪਏ ਗੋਲਕੇ ਚ ਪਾ ਦੇ। ਮੁੰਡਾ ਵੀ ਦੁਨੀਆਦਾਰ ਪੜਿਆ ਹੋਇਆ ਸੀਗਾ। ਉਹ ਕਹਿੰਦਾ ਬਾਊ ਜੀ ਇਹਨਾਂ ਕੋਲ ਬਹੁਤ ਪੈਸੇ ਨੇ। ਉਹ ਲਾਲਾ ਖੜ ਗਿਆ ਉੱਥੇ। ਉਹ ਕਹਿੰਦਾ 100 ਪਾ ਕੇ ਆ। ਕਹਿੰਦਾ ਵੀ ਮੈਨੂੰ ਪਤਾ ਲੱਗ ਗਿਆ ਵੀ ਬਾਊ ਜੀ ਗੁੱਸੇ ਹੋਗੇ। ਕਹਿੰਦਾ ਮੈਂ 100 ਪਾਇਆ। ਕਹਿੰਦਾ ਬਾਅਦ ਚ ਮੇਰਾ ਬਾਊ ਮੈਨੂੰ ਕਹਿੰਦਾ ਵੀ ਤੇਰੇ ਕੋਲ ਕਾਰ ਹੈ। ਤੂੰ ਕਿਤੇ ਵੀ ਖਾ ਸਕਦਾ ਸੀ। ਇਹ ਲੰਗਰ ਲੋੜਵੰਦ ਦੀ ਮਦਦ ਵਾਸਤੇ ਹੈ। ਤੇਰੇ ਵਰਗੀ ਹੰਕਾਰਿਆਂ ਵਾਸਤੇ ਨਹੀਂ ਹੈ ਉਹਨਾਂ ਕੋਲ ਕਿੰਨੇ ਪੈਸੇ ਨੇ ਉਹ ਕਿੰਨੇ ਖਾਂਦੇ ਨੇ ਉਹ ਉਹ ਭੁਗਤਣਗੇ ਤੂੰ ਪਾਪ ਦਾ ਭਾਗੀ ਕਿਉਂ ਹੋਇਆ ਇਹ ਗਵਾਚਨ ਕਹਿ ਕੇ ਮੂੰਹ ਚੋਂ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਫਲਾਨਾ ਫਲਾਨਾ ਮਾੜਾ ਧੁੰਕਾ ਧੁੰਕਾ ਮਾੜਾ ਹਾਂ ਠੀਕ ਹੈ ਬੰਦੇ ਮਾੜੇ ਹੋਣਗੇ ਪਰ ਮੇਰੇ ਕੋਲੇ ਹੱਕ ਕਿੱਥੋਂ ਆਉਂਦਾ ਜੇ ਮੈਂ ਕਦੇ ਸੇਵਾ ਕਰਨ ਵੀ ਨਹੀਂ ਗਿਆ ਜੇ ਮੈਂ ਕੋਈ ਢੇਲੇ ਦਾ ਦਸਵੰਦ ਵੀ ਨਹੀਂ ਦਿੱਤਾ ਪੈਸੇ ਦਾ ਜਿਹੜਾ ਸਭ ਤੋਂ ਛੋਟਾ ਹਿੱਸਾ ਹੈ ਬਿਨਾ ਤਾਨ ਦੀ ਸੇਵਾ ਦੇ ਬੰਦੇ ਦੀ ਸੇਵਾ ਹਾਜ਼ਰ ਨਹੀਂ ਹੈ ਮਤੇ ਕੋਈ ਭੁਲੇਖੇ ਜਿ ਰਵੇ ਬਾਬਿਆਂ ਨੇ ਬਾਇਆ ਬਾਰੇ ਬਹੁਤ ਸਾਫ਼ ਕਿਹਾ ਕਿ ਪਾਪਾ ਬਾਜੋ ਹਾਂ ਇਸ ਕਰਕੇ ਯਾਦ ਰੱਖਣਾ ਹੈ ਵੱਧ ਮੁਨਾਫਾ ਤੁਹਾਡੀ ਹੁਸ਼ਿਆਰੀ ਨਹੀਂ ਹੈ ਵੱਧ ਮੁਨਾਫਾ ਬੇਈਮਾਨੀ ਹੈ ਠੱਗੀ ਮਾਰ ਕੇ ਥੋੜਾ ਜਿਹਾ দান ਕਰਨਾ ਇਹ ਚਤਰਾਈ ਹੈ ਧਰਮ ਨਹੀਂ ਹੈ ਤਾਂ ਸਭ ਤੋਂ ਵੱਡੀ ਸੇਵਾ ਜਿਹੜੀ ਮੰਨੀ ਗਈ ਸੀ ਉਹ ਸਰੀਰ ਤੋਂ ਵੱਡੀ ਸੇਵਾ ਕਿਹੜੀ ਸੀ ਜਿਹੜੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇੱਕ ਸ਼ਬਦ ਸਿਖਾਉਣ ਦਾ ਪੁੰਨ ਕਿੰਨਾ ਹੈ ਮਤਲਬ ਹਾਂ ਸਤ ਮੰਦਰ ਹਾਂ ਜੀ ਇਹਦਾ ਇਹ ਮਤਲਬ ਸਮਝਣਾ ਬਣਦਾ ਹੈ ਕਿ ਕਿਸੇ ਦੇ ਮਨ ਦੇ ਟਿਕਾਹ ਦੀ ਸਹੀ ਵਿਧੀ ਦੇਣੀ ਉਹਦੇ ਜੀਵਨ ਨੂੰ ਸਫਲ ਕਰਨ ਦੇ ਬਰਾਬਰ ਕਰਨਾ ਹੈ ਜਿਹੜਾ ਬੁੱਧ ਦਾ ਹੈ ਕਿ ਮਹਾ ਪਰਿਨਿਰਵਾਣ ਹੋਏਗਾ ਜਦੋਂ ਸਾਰੇ ਮੁਕਤ ਹੋਣਗੇ ਦੂਜਿਆਂ ਦਾ ਭਲਾ ਹੈ ਜਿਹੜਾ ਉਹਦੇ ਸਾਡਾ ਭਲਾ ਛੁਪਿਆ ਹੋਇਆ ਹੈ ਅਰਦਾਸ ਗੁਰੂ ਘਰੇ ਜਾ ਕੇ ਆਪ ਦੇ ਦੁੱਖ ਸੁੱਖ ਦੀ ਨਹੀਂ ਕਰਨੀ ਹੈ ਸਾਡੀ ਅਰਦਾਸ ਦਾ ਮਹਾਂਦਰਾ ਵਿਗੜ ਗਿਆ ਹੈ ਅਰਦਾਸ ਸਾਂਝੀ ਹਿੱਤ ਦੀ ਹੈ ਆਪ ਦੇ ਦੁੱਖ ਸੁੱਖ ਦੀ ਨਹੀਂ ਹੈ ਦੁੱਖ ਸੁੱਖ ਮੰਗਣ ਚਾਹੁੰਦਾ ਤੇ ਸਮਝਣਾ ਉਹਦੇ 'ਚ ਇਹ ਹੈ ਕਿ ਦੁੱਖ ਤੇ ਸੁੱਖ ਦਾ ਫਰਕ ਨਹੀਂ ਹੈ ਮੌਤ ਦੇ ਜ਼ਿੰਦਗੀ ਦਾ ਫਰਕ ਵੀ ਨਹੀਂ ਹੈ ਮਨ ਦੀ ਸਾਰੀ ਭਟਕਣ ਹੈ ਜਿਹੜੀ ਉਹ ਮੌਤ ਦੇ ਡਰ ਨਾਲ ਜੁੜੀ ਹੋਈ ਹੈ ਮਨ ਦੀ ਭਟਕਣਾ ਜਿਹੜੀ ਉਹ ਜਉਣ ਦੇ ਲਾਲਚ ਨਾਲ ਜੁੜੀ ਹੋਈ ਜਿੰਨਾ ਅਸੀਂ ਇਤਿਹਾਸ ਪੜ੍ਹਦੇ ਹਾਂ ਉਹ ਦੋਨਾਂ ਤੋਂ ਉਲਟੇ ਰੂਪ ਚ ਹੈ ਦੁਨੀਆਂ 'ਚ ਜੀਨੇ ਵੀ ਧਰਮ ਦੀ ਮਰਯਾਦਾ ਪਾਲੀ ਸਹੀ ਰੂਪ ਦੇ ਵਿੱਚ ਉਹਨੂੰ ਇਹ ਸਮਝ ਆ ਜਾਂਦੀ ਸਾਡੇ ਬੰਦੇ ਅਸੀਂ ਦੇਖਦੇ ਆਂ ਆਸੇ-ਪਾਸੇ ਨਿੱਕੇ ਜਿੰਨੇ ਅਧਿਕਾਰ ਦੇ ਦਬਾਅ ਥੱਲੇ ਆ ਜਾਂਦੇ ਆ ਕਦੇ ਕੋਈ ਕੰਮ ਪੈ ਜਾਏਗਾ ਜਾਂ ਇਦਾਂ ਹੋ ਜਾਂਦਾ ਸਾਨੂੰ ਕੋਈ ਦੁੱਖੀ ਨਾ ਪਹੁੰਚਾ ਦੇ ਸਾਡੀ ਕੋਈ ਹਾਨੀ ਨਾ ਕਰ ਦੇ ਮਨ ਦੇ ਵਿੱਚ ਸੁੱਖ ਦਾ ਇਹਦਾ ਖਿਆਲ ਹੈ ਉਹ ਗਲਤ ਵਸ ਗਿਆ ਜਿੰਨਾ ਚਿਰ ਸੁੱਖ ਤੇ ਦੁੱਖ ਦਾ ਫਰਕ ਜਿੰਨਾ ਜਿਆਦਾ ਵੱਡਾ ਹੈ ਮਨ ਉਨਾ ਹੀ ਵਿਗੜਿਆ ਰਹੇਗਾ ਮਨ ਦੇ ਟਿਕਾਉ ਦਾ ਮਾਨਾ ਵੱਧ ਸਹੂਲਤਾਂ ਨਹੀਂ ਹਨ ਮਨ ਦੇ ਟਿਕਾਉ ਦਾ ਮਾਨਾ ਇਛਾਵਾਂ ਦੀ ਪੂਰਤੀ ਨਹੀਂ ਹੈ ਮਨ ਦੇ ਟਿਕਾ ਦਾ ਮਾਨਾ ਜ਼ਿੰਮੇਵਾਰੀਆਂ ਦੀ ਪੂਰਤੀ ਹੈ ਕਿ ਜੋ ਸਾਂਝੀ ਜ਼ਿੰਮੇਵਾਰੀ ਹੈ ਜੋ ਧਰਤੀ ਤੇ ਆਉਣ ਦੀ ਜ਼ਿੰਮੇਵਾਰੀ ਹੈ ਬੰਦੇ ਦੀ ਜੋ ਗੁਰਬਾਣੀ ਚ ਕਿਹਾ ਨਾ ਕਿ ਬੰਦਾ ਉਹ ਵਾਅਦਾ ਕਰਕੇ ਆਇਆ ਹੈ ਕਿ ਤੇਰਾ ਸਿਮਰਨ ਕਰਾਂਗਾ ਪਰ ਕੱਲਾ ਸਿਮਰਨ ਨਹੀਂ ਹੈ ਇਹਦੇ ਚ ਇਹਦੇ ਚ ਸੇਵਾ ਵੀ ਹੈ ਸੇਵਾ ਸਿਮਰਨ ਦੇ ਨਾਲ ਸ਼ਹਾਦਤ ਵੀ ਹੈ ਮੈਂ ਹੋਰਾਂ ਥਾਵਾਂ ਤੇ ਬੇਨਤੀ ਕਰਦਾ ਤੁਹਾਡੇ ਇੱਥੇ ਵੀ ਬੇਨਤੀ ਕਰਦਾਗਾ ਕਿ ਅੱਜ ਜਿਹੜੀ ਦੁਨੀਆ ਹੈ ਇਹਦੇ ਜਿਹੜੀ ਖੇਡ ਚੱਲ ਰਹੀ ਹੈ ਇਹਦੇ ਜਿਹੜੇ ਕਾਨੂੰਨ ਬਣ ਰਹੇ ਨੇ ਜੋ ਸਾਡਾ ਆਲਾ ਦਵਾਲਾ ਹੈ ਉਹਨੂੰ ਜ਼ਰੂਰ ਵੇਖਣਾ ਚਾਹੀਦਾ ਸਾਰੀ ਦੁਨੀਆ ਦੇ ਵਿੱਚ ਇੱਕ ਐਸ ਤਰ੍ਹਾਂ ਦੇ ਕਾਨੂੰਨ ਬਣ ਰਹੇ ਨੇ ਜਿਹੜੇ ਮਨ ਦੇ ਪਟਕਾਲੀ ਹੋਰ ਵੱਡਾ ਰਾਹ ਖੋਲਦੇ ਨੇ ਦੂਜੇ ਪਾਸੇ ਦੁਨੀਆ ਦੀ ਵਿਦਿਆ ਦੇ ਵਿੱਚ ਐਸੀਆਂ ਖੋਜਾਂ ਹੋ ਰਹੀਆਂ ਨੇ ਜਿਹੜੀਆਂ ਸਾਡੇ ਸਿਧਾਂਤ ਨੂੰ ਧਰਮ ਨੂੰ ਝੂਠਾ ਸਾਬਤ ਕਰਨ ਦੀਆਂ ਤਕੀਬਾਂ ਦਾ ਹਿੱਸਾ ਨੇ ਤੁਹਾਨੂੰ ਦੋ ਮਸਾਲਾ ਦਿਨਾ ਇਸ ਮੁਲਖ ਦੇ ਵਿੱਚ ਕੁਝ ਪਹਿਲਾਂ ਇੱਕ ਕਾਨੂੰਨ ਬਣ ਗਿਆ ਕਿ ਬੱਚੇ ਦਾ ਜੰਮਣਾ ਉਹਦਾ ਵਪਾਰ ਹੋ ਸਕਦਾ ਸਾਰੋਗੇ ਸੀ ਵਪਾਰ ਹੋ ਸਕਦਾ ਇਥੋਂ ਦੇ ਕਿਸੇ ਵੀ ਰਾਜਨੀਤਿਕ ਧਾਰਮਿਕ ਸੰਗਠਨ ਨੇ ਇਹਦਾ ਵਿਰੋਧ ਨਹੀਂ ਕੀਤਾ ਕਿ ਜੇ ਮਨੁੱਖ ਦਾ ਜੰਮਣਾ ਹੀ ਕਿਰਾਏ ਤੇ ਹੋ ਸਕਦਾ ਜੇ ਮਨੁੱਖ ਦਾ ਜੰਮਣਾ ਫਸਲ ਵਰਗਾ ਹੋ ਸਕਦਾ ਤਾਂ ਮਨੁੱਖੀ ਜੀਵਨ ਦਾ ਮਾਨ ਕੀ ਹੈ ਤਾਂ ਮਨੁੱਖਾ ਜੀਵਨ ਦੀ ਉਤਮਤਾ ਕੀ ਹੈ ਜਿਹੇ ਜੇ ਆਂਡੇ ਪੈਦਾ ਕੀਤੇ ਜਿਹਹਾ ਜਾਂ ਅਨਾਜ ਪੈਦਾ ਕੀਤਾ ਜਿਹੇ ਜੀਆਂ ਗੱਡੀਆਂ ਬਣਾਈਆਂ ਬੰਦੇ ਦਾ ਜੰਮਣ ਉਹ ਹੈ ਜ ਨਹੀਂ ਇਹ ਦੁਨੀਆ ਦੇ ਵਿੱਚ ਬਹੁਤ ਵੱਡਾ ਬਦਲਾ ਹੈ ਅੱਜ ਸਾਡੀ ਜਿਹੜੀ ਪੀੜ੍ਹੀ ਹੈ ਇਹ ਆਖਰੀ ਪੀੜ੍ਹੀ ਹੋ ਜਾਏਗੀ ਜਿਹੜੀ ਮਾਂ ਦੇ ਰਤਬੇ ਨੂੰ ਪਾਲਦੀ ਹੋਏਗੀ ਕਿ ਸੋਕਿਉ ਮੰਦਾ ਆਖੀ ਹੈ ਹਾਂ ਜੰਮਣ ਦਾ ਆਉਦਾ ਹੀ ਵੱਡਾ ਹੈ ਜਨਨੀ ਹੋਣ ਦਾ ਉਹਦਾ ਵੱਡਾ ਨਹੀਂ ਹੈ ਜਨਨੀ ਹੋਣ ਦਾ ਉਹਦਾ ਵੱਡਾ ਹੈ ਤਾਂ ਜਨਨੀ ਹੋਣਾ ਕਿਰਾਇਆ ਹੈ ਜਨਨੀ ਹੋਣਾ ਵਪਾਰ ਹੈ ਤਾਂ ਮਾਂ ਦਾ ਮਾਨਾ ਕੀ ਰਹੇਗਾ ਤਾਂ ਪਰਿਵਾਰ ਦਾ ਮਾਨਾ ਕੀ ਰਹੇਗਾ ਤਾਂ ਸਮਾਜ ਦਾ ਮਾਨਾ ਕੀ ਰਹੇਗਾ ਇਹ ਕਾਨੂੰਨ ਹੈ ਜਿਹੜੇ ਦੁਨੀਆ 'ਚ ਬਹੁਤ ਮੁਲਕਾਂ 'ਚ ਬਣ ਗਏ ਨੇ ਕੱਲ ਨੂੰ ਸਾਡੇ ਬੱਚੇ ਇਹ ਗੱਲ ਦੀ ਕੀ ਸ਼ਾਦੀ ਕਰਨਗੇ ਉਹਨਾਂ ਦੇ ਮਨ 'ਚ ਟਿਕਾ ਕਿੱਥੋਂ ਹੋਏਗਾ ਜਿਹੜਿਆਂ ਨੂੰ ਇਹ ਲੱਗਿਆ ਕਿ ਬੰਦਾ ਵੀ ਐਦਾਂ ਜੰਮ ਸਕਦਾ ਤਾਂ ਮਨੁੱਖੀ ਜੀਵਨ ਦੀ ਉਤਮਤਾ ਜਨਮ ਜਨਮ ਦਾ ਲੇਖਾ ਉਹਦਾ ਕੀ ਮਾਨਾ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸਵਾਲ ਬਣੇਗਾ ਬਹੁਤ ਵੱਡਾ ਮਨ ਦੇ ਭਟਕਾ ਦਾ ਰਾਹ ਸਦੀਵੀ ਤੇ ਪੱਕਾ ਹੋ ਜਾਏਗਾ ਇਹਦੇ ਖਿਲਾਫ ਉਨਾਂ ਵਾਲੇ ਬੰਦੇ ਓਵੇਂ ਬੁਰੇ ਬਜਣਗੇ ਜਿਵੇਂ ਸਰਕਾਰਾਂ ਖਿਲਾਫ ਲੜਨ ਵਾਲੇ ਬੰਦੇ ਬੁਰੇ ਬਾਜਦੇ ਸੀ ਜਿਵੇਂ ਸ਼ਹਾਦਤ ਨੂੰ ਬੁਰਾ ਬਣਾਇਆ ਗਿਆ ਲੋਕੀ ਗੱਲ ਕਰਨੋਂ ਹਟ ਗਏ ਨੇ ਤਾਂ ਹੁਣ ਅਗਲਾ ਪੜਾਅ ਸੇਵਾ ਦਾ ਹੈ ਤੁਸੀਂ ਵੇਖਿਆ ਹੋਣਾ ਜਿਹੜੇ ਬੰਦੇ ਸੀਸਾ ਚਲਾਉਂਦੇ ਨੇ ਲੋਕੀ ਲੰਗਰਾਂ ਖਿਲਾਫ ਬੋਲਦੇ ਨੇ ਇਹ ਸੱਜਣ ਬੈਠੇ ਨੇ ਕਾਰ ਸੇਵਾ ਵਾਲੇ ਦੱਸ ਸਕਦੇ ਨੇ ਕਿ ਲੋਕੀ ਇਹਨਾਂ ਖਿਲਾਫ ਕਿਵੇਂ ਬੋਲਦੇ ਨੇ ਤਾਂ ਦੂਜਾ ਪੜਾਅ ਸੇਵਾ ਦਾ ਆ ਗਿਆ ਹੈ ਕਿ ਸੇਵਾ ਪਖੰਡ ਹੈ ਸੇਵਾ ਵਪਾਰ ਹੈ ਇਹ ਜਿਹੜੀ ਗੱਲਾਂ ਨੂੰ ਕਰਨ ਲੱਗੇ ਨੇ ਸ਼ਹਾਦਤ ਤੋਂ ਬਾਅਦ ਸੇਵਾ ਦਾ ਥਾਂ ਆ ਗਿਆ ਅਗਲੀ ਬਾਰੇ ਵੀ ਆਏਗੀ ਕਿ ਪਾਠ ਕਰਨਾ ਸਿਮਰਨ ਕਰਨਾ ਪਖੰਡ ਹੈ ਇਹ ਵੀ ਆਏਗੀ ਸਾਡੇ ਕੋਲੇ ਤਿੰਨ ਵਿਧੀਆਂ ਨੇ ਸੇਵਾ ਸਿਮਰਨ ਸ਼ਹਾਦਤ ਦੀਆਂ ਜਿਹਦੇ ਨਾਲ ਮਨ ਦਾ ਟਿਕਾਉ ਬਣ ਸਕਦਾ ਹੈ ਜਿਹਦੇ ਨਾਲ ਬੰਦੇ ਬਣਿਆ ਰਹਿ ਜਾ ਸਕਦਾ ਤੇ ਇਹਦੇ ਉਲਟ ਤਿੰਨ ਕਾਨੂੰਨ ਬਣ ਰਹੇ ਦੁਨੀਆ ਸਾਰੀ ਚ ਪਹਿਲਾ ਜੰਮਣ ਦੇ ਬਾਰੇ ਚ ਹੈ ਇਸ ਤੋਂ ਅਗਲਾ ਵਿਆਹ ਦੇ ਬਾਰੇ ਚ ਹੈ ਕਿ ਬੰਦਾ ਬੰਦਾ ਵਿਆਹ ਕਰਾਵੇ ਜਨਾਨੀ ਜਨਾਨੀ ਵਿਆਹ ਕਰਾਵੇ ਪਰਿਵਾਰ ਘਾਹ ਨੂੰ ਵਧੇਗਾ ਨਹੀਂ ਨਹੀਂ ਵਧੇਗਾ ਤਾਂ ਬੱਚੇ ਬਜਾਰੋਂ ਮੁੱਲ ਲਿਓ ਆਂਡਿਆਂ ਜੋ ਇਹ ਦੂਜਾ ਬਣੇਗਾ ਤੀਸਰਾ ਕਿ ਜੋ ਤੁਹਾਡੀ ਮਰਜ਼ੀ ਹੈ ਉਹਨੂੰ ਸਰਕਾਰ ਆਗਿਆ ਦੇਵੇਗੀ ਬਾਹਲੇ ਮੁਲਕਾਂ ਚ ਕਾਨੂੰਨ ਬਣ ਗਿਆ ਜੇ ਕੋਈ ਬੰਦਾ ਬੰਦੇ ਤੋਂ ਕੁੱਤਾ ਜਾਂ ਬਲਦ ਬਣਨਾ ਚਾਹੁੰਦਾ ਤੁਸੀਂ ਬਣ ਸਕਦੇ ਹੋ ਤੇ ਬਲਦ ਬਣ ਕੇ ਕਿਸੇ ਦੀ ਵੱਖੀ ਪਾੜ ਦਿਓ ਤਾਨੂੰ ਕੋਈ ਸਜ਼ਾ ਨਹੀਂ ਹੈ ਬੰਦੇ ਦੇ ਰੁਤਬੇ ਤੋਂ ਬੀਜ ਕਰਕੇ ਡਿੱਗੋ ਸੰਜੋਗ ਕਰਕੇ ਡਿੱਗੋ ਅਮਲ ਕਰਕੇ ਡਿੱਗੋ ਸਰਕਾਰਾਂ ਦੀ ਮਾਨਤਾ ਹੈ ਸ਼ਹਾਦਤ ਸੇਵਾ ਸਿਮਰਨ ਨੂੰ ਮਾਨਤਾ ਨਹੀਂ ਰੰਦੀ ਇਹ ਹੁਣ ਦੁਨੀਆ ਦੇ ਉੱਤੇ ਬਹੁਤ ਵੱਡਾ ਟਕਰਾ ਸਾਹਮਣੇ ਹੈ ਬਹੁਤੇ ਲੋਕੀ ਇਹਨੂੰ ਚੁੱਪਚਾਪ ਜਰ ਰਹੇ ਨੇ ਇਹਨੂੰ ਵੇਖ ਰਹੇ ਨੇ ਸਾਡੀ ਜਿਹੜੀ ਪੀੜ੍ਹੀ 4G ਨਾਲ ਪੈਦਾ ਹੋਗੀ 10 ਸਾਲਾਂ ਬਾਅਦ ਉਹ ਵੱਡੀ ਹੋਏਗੀ ਇਹ ਸਾਰੇ ਤਾਮਝਾਮ ਦੀ ਮਾਲਕ ਉਹ ਹੋਏਗੀ ਤਾਂ ਉਦੋਂ ਇਹ ਵਿਆਖਿਆ ਕੋਈ ਸੁਣੇਗਾ ਵੀ ਨਹੀਂ ਕਿ ਮਨ ਨੂੰ ਸਾਧਨ ਦੀ ਲੋੜ ਹੈ ਉਦੋਂ ਮਨ ਦਾ ਅਸਾਧ ਹੋਣਾ ਪ੍ਰਾਪਤੀ ਗਿਣੀ ਜਾਏਗੀ ਸੰਜਮੀ ਹੋਣਾ ਝੁਲਮੀ ਗਿਣਿਆ ਜਾਏਗਾ ਕੁਦਰਤੀ ਰੂਪ ਦੇ ਵਿੱਚ ਬੱਚੇ ਪੈਦਾ ਕਰਨੇ ਗੁਨਾਹ ਹੋ ਜਾਣਗੇ ਇਹ ਸਭਾਵਨਾਵਾਂ ਬਣੀਆਂ ਹੋਈਆਂ ਨੇ ਐਸ ਹਾਲ ਦੇ ਵਿੱਚ ਮਾਨਤਾ ਟਿਕਾਉ ਇਸ ਗੱਲ ਦੇ ਵਿੱਚ ਹੈ ਕਿ ਜੋ ਮਾਈ ਭਾਈ ਆਪਣੇ ਆਪ ਨੂੰ ਸਿੱਖ ਸਮਝਦਾ ਹੈ ਉਹ ਸਰਬੱਤ ਦੇ ਭਲੇ ਦੀ ਜ਼ਿੰਮੇਵਾਰੀ ਸਮਝੇ ਉਹ ਸਮਾਜਿਕ ਮਰਯਾਦਾ ਦੀ ਪਾਲਣਾ ਦੀ ਜ਼ਿੰਮੇਵਾਰੀ ਸਮਝੇ ਉਹ ਸੇਵਾ ਸਿਮਰਨ ਦੀ ਜ਼ਿੰਮੇਵਾਰੀ ਸਮਝੇ ਉਹ ਸ਼ਹਾਦਤ ਦੇ ਮਹੱਤਵ ਦਾ ਸਤਿਕਾਰ ਕਰੇ ਕਿਉਂਕਿ ਅੱਜ ਸਿਰਫ ਐਂ ਲੱਗਦਾ ਹੈ ਕਿ ਜਿਹਦੇ ਕੋਲੇ ਮਾਇਆ ਹੈ ਉਹ ਸਿਆਣਾ ਹੈ ਉਹ ਵੱਡਾ ਹੈ ਉਹ ਹੀ ਦਾਨੀ ਹੈ ਇਹ ਤਿੰਨੇ ਗੱਲਾਂ ਝੂਠੀਆਂ ਨੇ ਗੁਰਬਾਣੀ 'ਚ ਮਾਇਆ ਨੂੰ ਕਿਤੇ ਮਹੱਤਵ ਨਹੀਂ ਹੈ। ਬੰਦੇ ਦੇ ਜੋਰ ਨੂੰ ਕਿਤੇ ਮਹੱਤਵ ਨਹੀਂ ਹੈ। ਜਿਸ ਗੱਲ ਦਾ ਮਹੱਤਵ ਹੈ ਉਹ ਰੱਬ ਦੇ ਨਾਂ ਨਾਲ ਜੁੜਨ ਦਾ ਹੈ। ਉਸ ਨਾਂ ਨਾਲ ਜੁੜਨ ਨੂੰ ਸਭ ਤੋਂ ਵੱਡਾ ਮੰਨਿਆ ਗਿਆ ਹੈ ਕਿ ਇਹ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ। ਭਾਈ ਇੱਕ ਘੜੀ ਦੇ ਵਿੱਚ ਕਾਲ ਯੁਗ ਹੋ ਜਾਂਦਾ ਹੈ। ਤੇ ਸਾਡੀ ਸਾਰੀ ਜ਼ਿੰਦਗੀ ਜਾਂਦੀ ਇਹਦੇ 'ਚ। ਤਾਂ ਇਸ ਕਰਕੇ ਮੈਨੂੰ ਇੰਨੇ ਸਮਝ ਪੈਂਦਾ। ਕੇ ਮਨ ਦੇ ਟਿਕਾ ਵਜੋਂ ਪਿੱਛੇ ਮੁੜ ਕੇ ਆਉਣਾ ਮੈਂ ਕਿ ਸ਼ਬਦ ਦਾ ਸੁੱਤਿਆਂ ਬੰਧਿਆਂ ਜੋ ਜਪਣਾ ਹੈ ਉਹ ਐਵੇਂ ਨਹੀਂ ਹੈ ਉਹ ਇਸੇ ਕਰਕੇ ਹੈ ਕਿ ਸਾਡੇ ਮਨ ਅੰਦਰ ਸ਼ਬਦ ਜਿਵੇਂ ਲੱ ਚੱਲੇਗਾ ਸਾਡੀ ਸੁਰਤੀ ਬਿਰਤੀ ਆਚਾਰ ਉਹ ਇਹ ਜਾ ਹੋਏਗਾ ਸਾਨੂੰ ਦੁਨੀਆ ਵੀ ਉਵੇਂ ਦੀ ਨਜ਼ਰ ਆਏਗੀ ਸਾਨੂੰ ਪਸੰਦ ਨਾ ਪਸੰਦ ਦੀ ਪੱਧਰ ਤੇ ਜਿਉਣਾ ਪੈ ਰਿਹਾ ਤਾਂ ਇਹ ਭਾਈ ਜਨਮਾਂ ਤੋਂ ਵੀ ਬੁਰਾ ਹੈ ਮਨੁੱਖ ਦਾ ਕੰਮ ਹੈ ਕਿ ਸੱਚ ਝੂਠ ਦਾ ਫਰਕ ਵੇਖਣਾ ਚੰਗੇ ਬੁਰੇ ਦਾ ਫਰਕ ਵੇਖਣਾ ਸੱਚ ਦੇ ਹੱਕ 'ਚ ਖੜਨਾ ਚਿੰਗਾਈ ਲਈ ਡਟ ਜਾਣਾ ਚਿੰਗਾਈ ਲਈ ਡਟ ਜਾਣਾ ਸੱਚ ਦੇ ਹੱਕ 'ਚ ਖੜਨਾ ਇਹ ਮਨ ਦੇ ਟਿਕਾ ਦਾ ਹਿੱਸਾ ਹੀ ਹੈ ਐਸੇ ਮਰੋ ਜੇ ਬਹੌਰ ਨਾ ਮਰਨਾ ਇਹ ਨਿਤ ਨਿਤ ਮਰਨਾ ਹੈ ਲਾਲਚ ਦੇ ਅਧੀਨ ਡਰ ਦੇ ਅਧੀਨ ਡਰ ਤੇ ਲਾਲਚ ਤੋਂ ਬੰਦਾ ਮੁਕਤ ਹੋਵੇ ਇਹਦਾ ਰਾਹ ਸੇਵਾ ਸਿਮਰਨ ਦਾ ਹੀ ਹੈ ਤੇ ਇਹਦੇ ਲਈ ਮੈਂ ਆਖਰੀ ਬੇਨਤੀ ਇਹ ਕਰਦਾ ਕਿ ਪਾਠ ਦੇ ਮਸਲੇ ਦੇ ਵਿੱਚ ਮੈਂ ਸਭ ਤੋਂਾਂ ਬੇਨਤੀ ਕਰਦਾ ਤੁਹਾਡੇ ਅੱਗੇ ਵੀ ਕਰਾਂਗਾ ਜੇ ਕਿਤੇ ਮੈਨੂੰ ਇਹ ਸਮਝ ਪਿਆ ਕਿ ਜਦੋਂ ਤੋਂ ਆ ਨਿੱਕਾ ਜਿਨਾਂ ਸੀਸਾ ਆਇਆ ਕੱਲਾ ਸਾਡੇ ਬੰਦੇ ਵੇਖਣ ਹੀ ਨਾ ਲੱਗੇ ਦੁਨੀਆ ਨੂੰ ਇਹਦੇ ਵਿੱਚੋਂ ਹੀ ਵੇਖਦੇ ਨੇ ਇਥੋਂ ਤੱਕ ਕਿ ਪਾਠ ਵੀ ਇਹ ਤੋਂ ਕਰਦੇ ਨੇ ਮੇਰੇ ਇੱਕ ਮਿੱਤਰ ਦੀ ਮਾਤਾ ਮੈਂ ਉਹਨੂੰ ਪੁੱਛਿਆ ਇੱਕ ਵਾਰੀ ਕਿ ਮਾਂ ਤੂੰ ਘਰ ਹੀ ਰਹਿਣਾ ਹੈ ਤੂੰ ਇਹ ਤਾਂ ਪਾਠ ਕਿਉਂ ਕਰਦੀ ਹੈ ਉਹ ਕਹਿੰਦੀ ਪੁੱਤ ਜਦੋਂ ਨਾ ਪਾਠ ਕਰਦੇ ਆ ਉੱਠ ਕੇ ਜਾਣਾ ਪੈਂਦਾ ਫਿਰ ਨਾ ਹੱਥ ਨਹੀਂ ਧੋਣੇ ਪੈਂਦੇ ਜਿਹੜੀ ਸੌਖ ਹੈ ਇਹਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ ਸੁਖ ਤੇ ਸੌਖ ਦਾ ਧਰਮ ਨਾਲ ਸੰਬੰਧ ਨਹੀਂ ਹੈ ਤਾਂ ਪਾਠ ਕਰਨ ਲਈ ਇਹ ਬੇਨਤੀ ਹੈ ਬਹੁਤ ਲਾਜ਼ਮੀ ਕਿ ਪਾਠ ਜਿਸ ਵੀ ਮਾਈ ਭਾਈ ਨੇ ਕਰਨਾ ਹੈ ਜਿੰਨਾ ਕਰਨਾ ਉਹ ਗੁਟਕਾ ਸਾਹਿਬ ਤੋਂ ਜਾਂ ਪੋਥੀ ਤੋਂ ਵੇਖ ਕੇ ਕਰਿਆ ਜਾਏ ਇਹ ਬੇਨਤੀ ਹੈ ਦੂਸਰਾ ਜਿੰਨਾ ਵੀ ਪਾਠ ਕਰਨਾ ਹੈ ਉਹ ਘੱਟੋ ਘੱਟ ਏਨਾਕ ਬੋਲ ਕੇ ਕਰਨਾ ਹੈ ਕਿ ਸਾਡੇ ਕੰਨ ਜਰੂਰ ਸੁਣਦੇ ਹੋਣ ਕਿ ਸੁਣਨਾ ਜ਼ਿੰਦਗੀ ਦਾ ਮੂਲ ਹੈ ਸਾਡੇ ਅੰਦਰ ਤਾਂ ਹੀ ਬਸੇਗਾ ਜੇ ਉਹਨੂੰ ਵੇਖਾਂਗੇ ਵੀ ਜੇ ਉਹਨੂੰ ਉਚਾਰਾਂਗੇ ਵੀ ਜੇ ਉਹਨੂੰ ਸੁਣਾਗੇ ਵੀ ਤਿੰਨਾਂ ਚੀਜ਼ਾਂ ਸਾਡੀ ਜ਼ਿੰਦਗੀ ਢਟਕਾਉਂਦੀਆਂ ਨੇ ਆ ਮੂੰਹ ਆ ਅੱਖ ਆ ਕੰਨ ਤਿੰਨਾਂ ਨੂੰ ਪਾਠ ਦੇ ਵਿੱਚ ਲਾਉਣਾ ਤਾਂ ਪਾਠ ਦੀ ਪੂਰਨਤਾ ਹੈ ਤੀਸਰਾ ਜਿਹੜਾ ਸਭ ਤੋਂ ਬੁਨਿਆਦੀ ਲੱਛਣ ਹੈ ਮਨ ਦਾ ਕਿੰਨੇ ਮਾਈਆਂ ਭਾਈਆਂ ਦੇ ਜਿਹੜੇ ਹੱਥ ਜਿਸ ਲੋਡ ਨਾਲ ਹਲ ਰਹੇ ਨੇ ਉਹ ਦੱਸਦੇ ਨੇ ਕਿ ਮਨ ਕੀ ਕਰ ਰਿਹਾ ਮਨ ਕੀ ਕਰ ਰਿਹਾ ਸਾਡਾ ਜਿਹੜਾ ਮੂੰਹ ਬੋਲਦਾ ਇਹ 20 30 ਪੈਸੇ ਬੋਲਦਾ ਸਾਡਾ ਜਿਹੜਾ ਮਨ ਹੈ ਉਹ ਸਾਡੇ ਸਰੀਰ ਚੋਂ 80 ਪੈਸੇ ਬੋਲਦਾ ਤਾਂ ਮੰਨ ਦਾ ਬੁਨਿਆਦੀ ਲੱਛਣ ਹੈ ਕਾਹਲ ਜਦੋਂ ਬਾਣੀ ਪੜਨੀ ਉਦੋਂ ਵੀ ਤੇਜ਼ ਇੱਥੇ ਇਹ ਕੰਮ ਮੁੱਕ ਜੇ ਤੇ ਆਪਦੇ ਕੰਮ ਲੱਗਾ ਸਭ ਤੋਂ ਵੱਡਾ ਨੁਕਸ ਸਿੱਖਾਂ ਵਜੋਂ ਇੱਥੇ ਹੈ ਮੈਨੂੰ ਹੋਰ ਥਾਵਾਂ ਤੇ ਨੁਕਸ ਓਡਾ ਨਜ਼ਰ ਨਹੀਂ ਆਉਂਦਾ ਜਿੱਦਾਂ ਇਹ ਹੈ ਕਿਉਂਕਿ ਸਭ ਤੋਂ ਵੱਡਾ ਤਾਂ ਗੁਰੂ ਹੈ ਨਾ ਗੁਰੂ ਨਾਲ ਗੱਲ ਕਰਨ ਮਿਲੇ ਵੀ ਕਾਹਲ ਪਈ ਹੈ ਤੇ ਕਿਹਦੇ ਨਾਲ ਗੱਲ ਕਰਨ ਮਿਲਟਾ ਹੈਗਾ ਫਿਰ ਇਸ ਕਰਕੇ ਪਾਠ ਜਿਹੜਾ ਕਰਨਾ ਹੈ ਉਹ ਦੇਖ ਕੇ ਕਰਨਾ ਹੈ ਬੋਲ ਕੇ ਕਰਨਾ ਹੈ ਖਾਸ ਕਰਕੇ ਹੌਲੀ ਕਰਨਾ ਹੈ ਪਿਛਲੀ ਵਾਰੀ ਜੇ ਆਪਾਂ ਜਿਹੜੀ ਗੱਲ ਕੀਤੀ ਸੀ ਜਿਹੜੀਆਂ ਲਘੂ ਮਾਤਰਾਵਾਂ ਨੇ ਹੋ ਸਕਦਾ ਹੈ ਪਾਠ ਪੇਧ ਉਚਾਰਨ ਦੇ ਮਸਲੇ ਤੇ ਬਹੁਤੇ ਭੈਣ ਭਰਾ ਮੈਥੋਂ ਵੱਖਰਾ ਸੋਚਦੇ ਹੋਣ ਪਰ ਮੇਰੀ ਬੇਨਤੀ ਦਾ ਹਿੱਸਾ ਹੈ ਕਿ ਜੇ ਲਘੂ ਮਾਤਰਾ ਨੂੰ ਪੜ੍ਹੋਗੇ ਤੁਹਾਨੂੰ ਮਹਿਸੂਸ ਹੋਏਗਾ ਕਿ ਪਾਠ ਦਾ ਆਨੰਦ ਵੱਖਰਾ ਹੈ ਜਿਹੜੀ ਨੁਜਾਕਤ ਹੈ ਜਿਹੜੀ ਸਹਜਤਾ ਹੈ ਉਹ ਲਗੂ ਮਾਤਰਾਵਾਂ ਨਾਲ ਜੁੜੀ ਹੋਈ ਹੈ ਮੈਂ ਸਭ ਤੋਂ ਇੱਕੋ ਪੰਕਤੀ ਬੋਲਦਾ ਕਿ ਕਹਾਲੀ ਕੜਿਆਂ ਬੰਨ ਖਲਾਸੀ ਪਾਣਾ ਹੋਏ ਇਦਾਂ ਪੜਦੇ ਬੰਦੇ ਜੇ ਹੌਲੀ ਪੜਦੇ ਤਾਂ ਸਮਝ ਪੈਂਦੀ ਕਿ ਬੰਨ ਦੀ ਖਲਾਸੀ ਬੰਨਣ ਵੀ ਛੁੱਟਣ ਵੀ ਦੋਨੇ ਪਾਣੇ ਇਹ ਜਿਹੜੀ ਗੁਰੂ ਦਾ ਅਦਬ ਹੈ ਸਹਜ ਤੋਂ ਬਿਨਾ ਨਹੀਂ ਹੋ ਸਕਦਾ ਗੁਰੂ ਸਾਹਿਬ ਨੇ ਮੋੜ-ਮੋੜ ਕੇ ਜਿਹੜੀ ਚੀਜ਼ ਸਾਨੂੰ ਸਿਖਾਉਣੀ ਚਾਹੀ ਹੈ ਉਹ ਸਹਜ ਹੈ ਕਾਹਲ ਨਾਲ ਪਾਠ ਕਰਨਾ ਗੁਰੂ ਦੀ ਬੇਅਦਵੀ ਹੈ ਮੈਂ ਬਹੁਤ ਖਿਮਾ ਸਤ ਕਹਿ ਰਿਹਾ ਹਰ ਮਾਈ ਭਾਈ ਜਿੰਨਾ ਉਹਦੇ ਕੋਲ ਸਮਾਂ ਹੈ ਇਹ ਜਾਣ ਲਵੇ ਸਾਡੇ ਜਦੋਂ ਅਸੀਂ ਆਸੀਂ ਜਵਾਨ ਸੀ ਪੜਦੇ ਸਾਂ ਸਾਡੇ ਪ੍ਰੋਫੈਸਰ ਨੇ ਪਾਠ ਕਰਨਾ ਸਾਨੂੰ ਇੱਕ ਮੁੰਡਾ ਕਹਿੰਦਾ ਵੀ ਪ੍ਰੋਫੈਸਰ ਸਾਹਿਬ ਨਾ 40 42 ਮਿੰਟ ਲਾਉਂਦੇ ਆ ਪਾਠ ਕਰਨ ਤੇ ਜਪਜੀ ਸਾਹਿਬ ਦਾ ਅਸੀਂ ਹੱਸ ਪਏ ਸਾਡੀ ਉਮਰ ਦਾ ਹੰਕਾਰ ਬੋਲਿਆ ਵੀ ਆ ਪਖੰਡ ਕਰਦਾ ਆਪਾਂ ਤਾਂ 45 ਮਿੰਟਾਂ 'ਚ ਪੰਜ ਬਾਣੀਆਂ ਪੜ੍ਹ ਦੇਂਦੀਆਂ ਨੇ ਹਨ ਇੰਨੇ ਬਰਿਆਂ ਬਾਅਦ ਪਛਤਾਵਾ ਹੁੰਦਾ ਕਿ ਇੰਨੇ ਸਾਲਾਂ ਤੋਂ ਪਾਠ ਕਰਿਆ ਕਿਸ ਤਰੀਕੇ ਕਰਿਆ ਕਿੱਡੇ ਬੇਆਦਰ ਤਰੀਕੇ ਨਾਲ ਕਰਿਆ ਇਹੜਾ ਇੱਕ ਕਿਣਕਾ ਹੈ ਵੀ ਇੱਕ ਕਿਣਕਾ ਜਿਸ ਜੀਬ ਸਾਵ ਹੈ ਹਾਂ ਪਾਠ ਨੂੰ ਸਹਿਜ ਨਾਲ ਕਰੋ ਲਗੂ ਮਾਤਰਾ માં ਉਚਾਰ ਕੇ ਕਰੋ ਤੁਸੀਂ ਵੇਖੋਗੇ ਕਿ ਕਿਣਕਾ ਬਸੇਗਾ ਕਿਣਕਾ ਬਸੇਗਾ ਪਾਠ ਚੋਂ ਰਸ ਵੀ ਆਏਗਾ ਪਾਠ ਸਮਝ ਵੀ ਆਏਗਾ ਬਾਣੀ ਦੇ ਵਿੱਚ ਥਾਂ ਥਾਂ ਤੇ ਰੋਹਾ ਲਿਖਿਆ ਰਹਾਮ ਨੇ ਠਹਿਰਾ ਨਹੀਂ ਹੁੰਦਾ ਰਹਾਮ ਨੇ ਉਹ ਸਾਮੀ ਚਾਲ ਜੋ ਪਾਠ ਦੀ ਚਾਲ ਹੈ ਜਿਸ ਤਰੀਕੇ ਉਹਨੇ ਚੱਲਣਾ ਹੈ ਬਾਣੀ ਸਹਜ ਸਿਖਾਉਣ ਵਾਸਤੇ ਹੈ ਤਾਂ ਉਹਦੇ ਰਹਾਉ ਕਿਹਜਾ ਹੋਏਗਾ ਉਦਾਰਹਾਉ ਟਿਕਾਉ ਚ ਹੀ ਹੋਏਗਾ ਇੱਕ ਬੰਦੇ ਨੇ ਖੋਜ ਕੀਤੀ ਕਿ ਜਿਹੜੇ ਦੁਨੀਆਂ 'ਚ ਮੰਤਰ ਪੜ੍ਹਦੇ ਲੋਕ ਨੇ ਇਹ ਸਾਰੇ ਮੰਤਰ ਉਨ੍ਹਾਂ ਦੀ ਚਾਲ ਹੌਲੀ ਕਿਉਂ ਹੁੰਦੀ ਹੈ ਉਹ ਕਹਿੰਦਾ ਇਹ ਹੌਲੀ ਚਾਲ ਦੇ ਨਾਲ ਜਿਹੜੀ ਧੁਨ ਹੈ ਉਹ ਪਾਣੀ ਤੇ ਅਸਰ ਕਰਦੀ ਹੈ ਉਹ ਆਪਣੇ ਆਪ ਦੀ ਮੰਤਰ ਹੈ ਸਹਿਜ ਪੜੀ ਹੋਈ ਸਹਿਜ ਗਾਈ ਹੋਈ ਚੀਜ਼ ਪਾਣੀ ਦੇ ਸੁਭਾਅ ਨੂੰ ਬਦਲ ਦਿੰਦੀ ਹੈ ਤੇ ਪਾਣੀ ਬੰਦੇ ਦੇ ਸਰੀਰ ਦਾ ਬਹੁਤ ਵੱਡਾ ਹਿੱਸਾ ਹੈ ਸਰੀਰ ਸਮੁੰਦ ਬਿਰੋਲ ਹਮ ਦੇਖਿਆ ਇਹ ਸਰੀਰ ਦਾ ਮਨ ਨਾਲ ਜਿਹੜਾ ਸਬੰਧ ਹੈ ਮਨ ਦਾ ਜਿਹੜਾ ਦੁਨੀਆਂ ਨਾਲ ਸਬੰਧ ਹੈ ਉਹਦਾ ਭੋਜਨ ਨਾਲ ਸ਼ਬਦ ਨਾਲ ਸਭ ਤੋਂ ਗੂੜਾ ਸਬੰਧ ਹੈ ਅਸੀਂ ਭੋਜਨ ਕਿਹਜਾ ਬਣਾਉਂਦੇ ਵਰਤੌਂਦੇ ਜਿਹੜਾ ਕਹਿੰਦੇ ਨੇ ਕਿ ਮਾਂ ਮਾਂ ਦੁੱਧ ਰਕਣ ਵੇਲੇ ਸਬਜ਼ੀ ਬਣਾਉਣ ਵੇਲੇ ਪਾਠ ਕਰਦੀਆਂ ਸੀ ਉਹ ਬਿਲਕੁਲ ਸਹੀ ਹੈ ਦੁਨੀਆਂ ਦੀਆਂ ਦੋ ਵੱਡੀਆਂ ਔਰਤਾਂ ਨੇ ਭਾਸ਼ਾ ਦੇ ਉੱਤੇ ਖੋਜ ਕੀਤੀ ਕਿਤਾਬ ਲਿਖੀ ਉਹਦੇ ਵਿੱਚ ਬਹੁਤ ਲੇਖ ਸੀਗੇ ਕਿ ਬੋਲੀ ਤੇ ਵਪਾਰ ਬੋਲੀ ਤੇ ਰਾਜਨੀਤੀ ਸਭ ਕੁਝ ਉਹਨਾਂ ਨੇ ਇੱਕ ਥਾਂ ਤੇ ਇਹ ਗੱਲ ਲਿਖੀ ਕਿ ਬੰਦੇ ਦੀ ਬੋਲੀ ਅਖੀਰ ਨੂੰ ਉਹ ਹੁੰਦੀ ਹੈ ਜਿਹੜੀ ਉਹਨਾਂ ਦੇ ਚੁੱਲ੍ਹੇ ਦੀ ਬੋਲੀ ਹੁੰਦੀ ਹੈ ਤੁਹਾਡੇ ਘਰ ਦੇ ਚੁੱਲ੍ਹੇ ਤੇ ਜਿਹੜੇ ਸ਼ਬਦ ਬੋਲੇ ਗਏ ਉਹ ਤੁਹਾਡੇ ਭੋਜਨ 'ਚ ਵੜ ਕੇ ਤੁਹਾਡੀਆਂ ਹੱਡੀਆਂ 'ਚ ਵੜ ਜਾਂਦੇ ਨੇ ਤਾਂ ਸ਼ਬਦ ਵੀ ਭੋਜਨ ਹੀ ਹੈ ਤਾਂ ਭੋਜਨ ਵੀ ਸ਼ਬਦ ਹੀ ਹੈ ਪ੍ਰੋਫੈਸਰ ਅਪੂਨ ਸਿੰਘ ਜੋ ਕਹਿੰਦਾ ਕਿ ਅੰਨ ਦਾ ਸਵਾਦ ਵੀ ਨਾਮ ਦਾ ਸਵਾਦ ਹੈ ਉਹ ਤਦੇ ਹੈ ਕਿ ਅੰਨ ਜਿਹੜੇ ਸ਼ਬਦਾਂ ਨਾਲ ਜੁੜ ਕੇ ਤੁਹਾਡੇ ਅੰਦਰ ਤੱਕ ਗਿਆ ਉਹ ਤੁਹਾਡੀ ਰੂਹ ਤੇ ਅਸਰ ਕਰਦੇ ਹੈ ਬੰਦੇ ਦਾ ਅਚੇਤ ਜੋ ਹੈ ਬੰਦੇ ਦਾ ਸੁੱਤਾ ਹੋਇਆ ਜੋ ਮਨ ਹੈ ਉਹ ਸ਼ਬਦਾਂ ਦਾ ਉਹ ਖਜ਼ਾਨਾ ਹੈ ਜਿਹੜਾ ਤੁਸੀਂ ਸਹਿਜੇ ਨਹੀਂ ਖੋਲਦੇ ਜਿਹੜਾ ਅਸੀਂ ਨਹੀਂ ਫਰੋਲਦੇ ਪਰ ਰੋਜ਼ਾਨਾ ਸੁਣ ਸੁਣ ਕੇ ਅੰਦਰ ਕੂੜਾ ਇਕੱਠਾ ਹੋਈ ਜਾਂਦਾ ਹੈ ਜਿਹੜੀ ਜਪਜੀ ਦੀ ਪੌੜੀ ਹੈ ਕਿ ਘੜੀਏ ਸ਼ਬਦ ਸ਼ਬਦ ਟਕਸਾਲ ਜੋ ਮਨ ਕੜਿਆ ਜਾਂਦਾ ਹੈ ਸ਼ਬਦ ਨਾਲ ਕਿ ਜਿਹੜਾ ਸ਼ਬਦ ਰੋਜ਼ ਸਾਡੇ ਅੰਦਰ ਵੱਸਦਾ ਹੈ ਉਹ ਸਾਡੇ ਕਿਰਦਾਰ ਨੂੰ ਘਟਦਾ ਹੈ ਉਹ ਸਾਡੇ ਸੁਭਾਅ ਨੂੰ ਘਟਦਾ ਹੈ ਦੁਨੀਆ ਇਹ ਕਹਿੰਦੀ ਹੈ ਕਿ ਆਦਤ ਨਹੀਂ ਛੁੱਟਦੀ ਪਰ ਇਤਿਹਾਸ ਇਹ ਕਹਿੰਦਾ ਹੈ ਕਿ ਛੁੱਟਦੀ ਹੈ ਬਦਲਦੀ ਹੈ ਬੰਦੇ ਨੂੰ ਸਿਰਫ ਇੱਕੋ ਚੀਜ਼ ਬਦਲਦੀ ਹੈ ਉਹ ਰੱਬ ਦਾ ਨਾਮ ਹੈ ਬੰਦੇ ਦਾ ਜਿੰਨਾ ਵੀ ਗਿਆਨ ਧਿਆਨ ਹੈ ਸਭ ਜਾਲੀ ਹੈ ਸਭ ਉੱਪਰਲੇ ਉੱਪਰਲੇ ਹਿੱਸੇ ਤੋਂ ਹੈ ਤੁਹਾਡੇ ਸਾਹਮਣੇ ਉੱਥੇ ਬਾਹਰ ਜਾਓਗੇ ਇੱਕ ਸੱਪ ਆ ਜਾਵੇ ਤੁਹਾਡੀ ਸਾਰੀ ਪ੍ਰੋਫੈਸਰੀ ਤੁਹਾਡੀ ਪ੍ਰਧਾਨੀ ਸਭ ਪਾ ਜਾਂਦੀ ਹੈ ਕੱਚੇ ਮਿੰਡ 'ਚ ਬੰਦਾ ਵੀ ਜਾਨਵਰ ਤੇ ਸਾਹਮਣੇ ਵੀ ਜਾਨਵਰ ਉਦੋਂ ਤੁਰ ਅੰਦਰਲਾ ਜਾਗਦਾ ਉਹੀ ਜਾਗਦਾ ਜੋ ਤੁਸੀਂ ਸ਼ਬਦ ਨਾਲ ਬਣੇ ਹੁੰਦੇ ਤੇ ਸ਼ਬਦ ਤੁਹਾਡੇ ਅੰਦਰੋਂ ਉਹੀ ਬਦਲਦਾ ਹੈ ਕਿ ਇਹ ਜਨਮ ਜਨਮ ਤੋਂ ਜਿਹੜੀ ਮਲ ਲੱਗੀ ਹੋਈ ਹੈ ਉਹਨੂੰ ਸਿਰਫ ਸ਼ਬਦ ਧੋਂਦਾ ਹੈ। ਬਾਕੀ ਜਨਮਾਂ ਦੀ ਨਸਲ ਪਲਦੀ ਹੈ, ਕੁੱਤੇ, ਘੋੜੇ ਉਹੋ ਜਿھے ਨਿਕਲਦੇ ਹੈ। ਬੰਦਾ ਪਿਓ ਤੇ ਮਾਂ ਤੇ ਨਹੀਂ ਜਾਂਦਾ ਕਈ ਵਾਰੀ। ਸਾਧਾ ਪੁੱਤ ਬੈਲੀ ਬੈੜੀਆਂ ਦਾ ਪੁੱਤ ਸਾਧ ਨਿਕਲਦਾ ਹੈ। ਸ਼ਬਦਾਂ ਕਰਕੇ ਨਿਕਲਦਾ ਹੈ। ਸ਼ਬਦ ਹੀ ਐਸੀ ਤਾਕਤ ਹੈ ਜੋ ਬੰਦੇ ਦਾ ਕਰਦਾਰ ਬਦਲ ਦਿੰਦੀ ਹੈ। ਸ਼ਬਦ ਤੁਹਾਡਾ ਚੁਗਿਰਦਾ ਬਦਲ ਦਿੰਦਾ ਹੈ। ਮਨ ਦਾ ਟਿਕਾਉ ਉਹ ਤਾਂ ਬਹੁਤ ਛੋਟੀ ਗੱਲ ਹੈ। ਤੁਹਾਡਾ ਆਲਾ ਦਵਾਲਾ ਵੀ ਟਿਕ ਜਾਂਦਾ ਹੈ ਕਿ ਜਿੱਥੋਂ ਦੀ ਸਾਧੂ ਜਾਂ ਨੰਗਦੇ ਨੇ ਉਹ ਥਾਂ ਪਵਿੱਤਰ ਹੋ ਜਾਂਦੀ ਹੈ ਜਿੱਥੇ ਬਾਬਾ ਪਹਿਰਤਰ ਉਹ ਕਵਤਾ ਨਹੀਂ ਹੈ ਇਸ ਕਰਕੇ ਮੇਰੀ ਜਿਹੜੀ ਸਾਰੀ ਬੇਨਤੀ ਹੈ ਉਹ ਇਸ ਮਸਲੇ ਚ ਹੀ ਹੈ ਕਿ ਜਿਵੇਂ ਅਸੀਂ ਬਾਣੀ ਨੂੰ ਪੜਾਂਗੇ ਇਹ ਗੱਲ ਨੂੰ ਜਾਣਾਂਗੇ ਕਿ ਮੇਰੇ ਅੰਦਰੋਂ ਜੋ ਗੱਲ ਨਿਕਲੇਗੀ ਜੇ ਉਹ ਸੱਚੀ ਹੋਈ ਤੇ ਉਹ ਸਿਰਫ ਰੱਬ ਦਾ ਨਾਮ ਹੋਏਗਾ ਬੰਦੇ ਦੇ ਤੁਰੰਦਰ ਹੋਰ ਕੁਝ ਵੀ ਨਹੀਂ ਹੈ ਉਹ ਰੱਬ ਦਾ ਨਾਮ ਉਹਨੇ ਪਾ ਕੇ ਭੇਜਿਆ ਅਨਹਦ ਜੋ ਵੀ ਹੈ ਧਰਮ ਦੀ ਦੁਨੀਆ ਜੋ ਕਿਹਾ ਜਾਂਦਾ ਉਹਦਾ ਅਸਲ ਮਨ ਇਹੀ ਹੈ ਕਿ ਜਿਵੇਂ ਜਿਵੇਂ ਅਸੀਂ ਉਹਦੇ ਧਰਮ ਦੇ ਰਾਹ ਨੂੰ ਵੱਧਦੇ ਆ ਟਿਕਾ ਨੂੰ ਵੱਧਦੇ ਆ ਸਾਡੇ ਅੰਦਰ ਦੁਨੀਆ ਦੇ ਕੂੜ ਕਬੜ ਦੀਆਂ ਗੱਲਾਂ ਖਾਰਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਾਡੇ ਅੰਦਰ ਹੋਰ ਕੁਝ ਅਸਲ ਚ ਹੈ ਨਹੀਂ ਹੈ ਜੋ ਬੰਦੇ ਅੰਦਰ ਅਸਲੀ ਹੈ ਉਹ ਰੱਬ ਦਾ ਨਾ ਹੈ। ਬਾਕੀ ਜੋ ਸੁਣੀਆਂ ਸੁਣਾਈਆਂ ਨੇ ਇਹ ਉਹਨਾਂ ਚ ਕੰਮ ਦੀਆਂ ਨੇ ਇਹ ਉਹਨਾਂ ਚ ਮੇਰੀਆਂ ਨੇ ਜਿੰਨੇ ਚਿਰ ਮੇਰਾ ਮਨ ਟਿਕਾਤੇ ਨਹੀਂ ਆਉਂਦਾ। ਤੇ ਸਾਰੀ ਬੇਨਤੀ ਮੈਂ ਆਪਣੀ ਸਮਾਪਤ ਕਰਦਾ ਕਿ ਲੰਗਰ ਦੀ ਪਰੰਪਰਾ ਪੰਗਤ ਸੰਗਤ ਦੀ ਪਰੰਪਰਾ ਸ਼ਬਦ ਸਾਡੇ ਅੰਦਰ ਬਹੁਤ ਵੱਡੇ ਰੂਪ ਵਿੱਚ ਹਾਜ਼ਰ ਹੈ। ਅਸੀਂ ਆਪਣੀ ਜ਼ਿੰਦਗੀ ਇਕੱਲੇ ਨਹੀਂ ਸੁਧਾਰ ਸਕਦੇ। ਸੰਗਤ ਦੇ ਰੂਪ ਦੇ ਵਿੱਚ ਕੋਸ਼ਿਸ਼ ਕਰੀਏ ਕਿ ਉਹੀ ਸ਼ਬਦ ਸੁਣਿਆ ਜਾਏ। ਉਹੀ ਬੋਲਿਆ ਜਾਏ ਜਿਹਨੂੰ ਸਾਡੀ ਪਰੰਪਰਾ ਮਾਨਤਾ ਦਿੰਦੀ ਹੈ ਜਿਹਨੂੰ ਗੁਰੂ ਨੇ ਮਾਨਤਾ ਦਿੱਤੀ ਹੈ ਸਾਡੇ ਅੰਦਰਲਾ ਸ਼ਬਦ ਬਦਲਿਆ ਇਹ ਦੁਨੀਆ ਸਾਰੀ ਬਦਲ ਜਾਏਗੀ ਭੋਲਾ ਜੋ ਕਾ ਲਿਖੇ ਮਾ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ